हरप्रीत सिवी उन्होंने कहते सतनाम लिदड़ उन्होंने भाई मखण गरेयाल का जगतार पड्डे उन्हों का गेटवे के साडे वीर जवारे पड्डे उन्होंने बहुत बहुत धन्यवाद है जिन्हों का अज दिन खेडों में बड़ा योगदान है। रोमी अटवाल रिलायंस किचन कैबिनेट के साडे गुरदीप सिद्धू ते नाल साडे वीर करमजीत सुनर का मखण सैदोके का उन्हों का भी बहुत बहुत धन्यवाद है। रिलायंस किचन कैबिनेट का भी बहुत बहुत धन्यवाद है। बहुत बड़ा मैच है, बहुत बड़ी खेड कबड्डी का। लाइनमैन नहीं पहुंचे हले तक, संघा साहब लाइनमैन पुलिस पहुंचा दो। बेनती है जो टीम हारिया सभी सुपरस्टार कामा गाटा मारू की टीम ते दूजे पासे जी बीसी यूनाइटेड फ्रेंड्स कबड्डी क्लब कैलगरी एक एक लाइनमैन उन्होंने अजे प्लीज हाथ बन के बेनती है प्लीज। दिलप्रीत दोंदल का फिर तो धन्यवाद है। फाइनल मैच की पहली रेड पाने नौजवान मन्ना बल नौ पिंड वाला तैयारी दे विच है। मेरी बेनती है दर्शक वीरां नूं दोनों टीमों को आशीर्वाद दिओ जोरदार तारियां। मन्ना बल नौ दी धरती दा उधर इंद्रजीत ते फरियाद जलालपुरिया ते सत्तू खडूर साहबिया ओ बल्ले बल्ले हाउ मैदानां दे विच फाइनल दा मुकाबला पहली कबड्डी मन्ने दी ते फरियाद पर पहला पॉइंट जिहड़ा है और रिचमंड एबसफोर्ट की टीम के मन्ने ने अपनी टीम के हिस्से जोड़ दिता है। अगली रेड पाउण लई बग्गे पिंड वाला दुल्ला कबड्डी का मचदा अंगार इस वे रेड पाउण लई तैयार वर तैयार है। लखवीर कंग ने ऐलान कर दिता भी प्रीत लद्दू वालिया जिन्हें भी जफे लावेगा हर एक जफे का सौ सौ डालर ये बड़े मान सम्मान दिए जाने हैं। अब बग्गे पिंड वाला दुल्ला सरदार सेवा सिंह राणे का चहेता खिडारी रेड पाउण लई बढ़िया होया है ਜਾਫੀ ਚਾਰ ਸਾਹਮਣੇ ਆਹ ਦੁੱਗਾ ਮਲੇ ਦੇ ਨਾਲ ਫੇਰ ਆ ਹੋ ਗਿਆ ਮੁਕਾਬਲਾ ਦੁੱਗ 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 ਆਹ ਬਣ ਗਏ ਸੱਪ ਲੈ ਵੀ ਦੁੱਲਿਆ ਬਣ ਗਏ ਸੱਪ ਆਹ ਦੁੱਲਿਆ ਬੱਗਿਆ ਵਾਲਾ ਉਹ ਦੁੱਲਿਆ ਦੁਨੀਆ ਛਿਣ ਭਰਦੀ ਹੈ ਬੱਲੀ ਬੱਲੀ ਬਰਾਮ ਵੱਲੋਂ ਲਓ ਅਗਲੀ ਰੇਡ ਪਾਉਣੀ ਧਨੌਲੇ ਵਾਲਾ ਕਾਲਾ ਫੇਰ ਤਿਆਰ ਬਰ ਤਿਆਰ ਹੈ। ਇਹ ਹੈ ਜ਼ਿਲ੍ਹੇ ਬਰਨਾਲੇ ਦਾ आओ जिले बरनाले का धनौले पिंड वाला काला गोखेटवाल का चहेता रेड पाउंडी बढ़िया होया है। ਜਾਫੀ ਚਾਰ ਕਹਿੰਦੇ ਤਿਆਰ ਨੇ ਉਹ ਮੇਰਾ 5500 ਲੱਗ ਗਿਆ 5500 ਲੱਗ ਗਿਆ ਜੇ ਫਰਿਆਦ ਤੇ ਇੰਦਰਜੀਤ ਜੱਫੇ ਲਾਉਣਗੇ ਤਿੰਨ ਤਿੰਨ 5500 ਡਾਲਰ ਹੋਵੇਗਾ ਨਾਜਰ ਸੋਤੇ ਵੱਲੋਂ ਨਾਲ ਸਾਡੇ ਬੱਬੂ ਕਲੇਰਾ ਵੱਲੋਂ ਤੇ ਨਾਲ ਜਿਲ੍ਹਾ ਧੂੜਕੋਟੀਆ ਤੇ ਨਾਲ ਸਾਡਾ ਗੁਰਵੀਰ ਬਾਜਰੀ 5500 ਜੇ ਇੰਦਰਜੀਤ ਤੇ ਫਰਿਆਦ ਜਿੱਥੇ ਤਿੰਨ ਤਿੰਨ ਲਾਉਣਗੇ ਲੋ ਰੁਪਿੰਦਰ ਬੱਲੀ ਬਲਰਾਮ ਸਾਡਾ ਵੀਰ ਬਹੁਤ ਧੰਨਵਾਦ ਲੋ ਰੁਪਿੰਦਰ ਦੋਦੇ ਵਾਲਾ ਇੱਕ ਇੱਕ ਦਾ ਵਾਧਾ ਕਰਦਾ ਖੇਡਾਂ ਦੇ ਵਿੱਚ ਲਓ ਲੈਂਦੇ ਪੰਜਾਬ ਦਾ ਮਾਲਕ ਕਹਿੰਦੇ ਅਗਲੀ ਰੇਡ ਪਾਉਣ ਲਈ ਫਿਰ ਤਿਆਰ ਹੈ। ਨਾਜਰ ਸੋਤਾ ਜੈਲਾ ਧੂਰਕੋਟੀਆ ਗੁਰਮੀਤ ਮਾਜਰੀ 5500 ਡਾਲਰ ਤਿੰਨ ਤਿੰਨ 5000 ਡਾਲਰ ਤਿੰਨ ਤਿੰਨ ਜੱਫਿਆਂ ਦਾ ਇੰਦਰਜੀਤ ਤੇ ਫਰਿਆਦ ਵਾਲਾ ਦਿੱਤਾ ਗਿਆ ਹੈ। ਆ ਲੈਂਦੇ ਪੰਜਾਬ ਦਾ ਧਾਵੀ ਬਸ ਬਲਜੀਤ ਸਿੰਘ ਐਲਾਨ ਕਰਕੇ ਵੀ ਪੁਆਇੰਟ ਮਲਕ ਆਪਣੀ ਟੀਮ ਦੇ ਸਿਰ ਕਰ ਗਿਆ ਸ਼ਹਿਯਾਦ ਅਲੀ ਆ ਨੌਜਵਾਨ ਇਸ ਵੇਲੇ ਰੇਡ ਪਾਉਣੀ ਤਿਆਰ ਹੈ। ਉਹ ਬਾਈ ਆਉਂਦਾ ਨਜ਼ਾਰਾ ਜ਼ੋਰਦਾਰ ਤਾੜੀਆਂ ਮਾਰ ਦਿਓ ਉਹ ਸ਼ਕਰਪੁਰੀਆ ਇਸ ਸਮੇਂ ਸਾਜੀ ਅਗਲੀ ਕਬੱਡੀ ਪਾ ਰਿਹਾ ਉਧਰ ਮਾੜੂਕੇ ਵਾਲਾ ਉਹ ਜਾਂ ਦੁੱਗਿਆਂ ਵਾਲਾ ਜਾਂ ਫਿਰ ਕਬੱਡੀ ਦਾ ਕਿੰਗ ਕਰਾਉ ਬੱਲੇ ਬੱਲੇ ਉਹ ਖੁਸ਼ਦੀਪ ਸਿੰਘ ਉਹ ਕਬੱਡੀ ਦਾ ਕਿੰਗ दुनिया दे विच चिट्टी चिट्टी कराती दोनों गबरुआ ने आ दुनिया दे विच चिट्टी चिट्टी कराउण वाला आ चितपाल भज्जा आउंदा है कि बैली भज तुरे हथ ला के जीते माड़ नाल पंगा पा के आ सिंह फस गए ने कुंडियां दे ਮਿੱਤਰਾ ਬਹਿ ਜਾ ਗੋਡੀ ਲਾ ਕੇ ਉਹ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿ ਜਾ ਉਹ ਗੋਡੀ ਲਾ ਕੇ ਲੋ ਰਾਜੂ ਰਾਜੂ ਤੇ ਦੂਜੇ ਪਾਸੇ ਇਸ ਵੇਲੇ ਵੇਖਣਗੇ ਪ੍ਰੀਤ ਉਹ ਪ੍ਰੀਤ ਲਾਉ ਜਫਾ ਉਹ ਬੱਲੇ 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 ਵਾਲੀ ਦੀ ਧਰਤੀ ਦਾ ਪ੍ਰੀਤ ਹੈ ਤੇ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਦੇ ਵਿੱਚ ਪਾ ਲੈ ਬਾਈ ਜੇ ਜਫੇ ਦਾ ਸਵਾਦ ਆਇਆ ਤੇ ਇੱਕ ਤਾੜੀਆਂ ਜ਼ੋਰਦਾਰ ਆ ਦੁਨੀਆ ਨਜ਼ਾਰਾ ਲੈ ਰਹੀ ਹੈ ਦੁਨੀਆ ਨਜ਼ਾਰਾ ਲੈ ਰਹੀ ਹੈ। ਅਗਲੀ ਰੇਡ ਪਾਉਣੀ ਮੰਨਾ ਫੇਰ ਤਿਆਰ ਬਰ ਤਿਆਰ ਹੈ। ਇਹ ਹੈ ਬੱਲ ਨਾਂ ਦੀ ਧਰਤੀ ਦਾ ਮੰਨਾ ਰੇਡ ਪਾ ਰਿਹਾ ਹੈ ਕਿ ਪੈਂਦੀਆਂ ਨੇ ਰੇਡਾਂ ਵੇਖੋ ਜੱਫੇ ਲੱਗਦੇ ਆ ਚੁੱਕ ਚੁੱਕ ਅੱਡੀਆਂ ਨੇ ਲੋਕ ਤੱਕਦੇ ਭਰ ਗਿਆ ਮੇਲਾ ਇਕੱਠ ਭਾਰਾ ਹੋ ਗਿਆ
ਵੱਖਰਾ ਹੀ ਸ਼ੌਕੀਆ ਨਜ਼ਾਰਾ ਹੋ ਗਿਆ ਹਰਜੋਤ ਸਿੰਘ ਭੰਡਾਲ ਦੋਨੇ ਵਾਲਾ ਅਗਲੀ ਕਬੱਡੀ ਪਾ ਰਿਹਾ ਮਨਜੀਤ ਸਿੰਘ ਮਾਨੀ ਨੂੰ ਮਾਣ ਆਪਣੇ ਸਪੁੱਤਰ ਦੇ ਉਹ ਹਰਜੋਤ ਭੰਡਾਲ ਦੀ ਪਈ ਕਬੱਡੀ ਤੇ ਉਹ ਕੌਣ ਅੱਗੇ ਵੱਧ ਕੇ ਕਰੂ ਕੋਸ਼ਿਸ਼ ਉਹ ਦੁੱਗਿਆਂ ਵਾਲਾ ਕਬੱਡੀ ਦਾ ਪ੍ਰਿੰਸ ਪ੍ਰਿੰਸ ਹਰਜੋਤ ਭੰਡਾਲ ਵਾਧਾ ਤਿਆਰੀਆਂ ਦੇ ਵਿੱਚ ਕਰਦਾ ਇਸ ਸਮੇਂ ਬੱਬੂ ਕਲੇਰਾ ਵੱਲੋਂ ਜ਼ਿਲ੍ਹਾ ਧੂੜਕੋਟ ਨਾਜਰ ਸੋਤਾ ਗੁਰਮੀਤ ਬਾਜਰੀ $5100 ਜੇ ਤਿੰਨ ਤਿੰਨ ਜੱਫੇ ਇੰਦਰਜੀਤ ਤੇ ਫਰਿਆਦ ਲਾਉਣਗੇ ਲੋ ਤਿੰਨ ਤਿੰਨ ਜੱਫਿਆਂ ਤੇ $5100 ਹੋਵੇਗਾ ਕਾਲਾ ਧਨੋਲੇ ਵਾਲਾ ਅਗਲੀ ਕਬੱਡੀ ਪਾ ਰਿਹਾ ਇੱਧਰ ਕਾਲਾ ਸਾਡੇ ਵੀਰ ਗਿੱਦੜ ਪਿੰਡੀ ਵਾਲਾ ਬਹੁਤ ਬਾਗ ਖਰੂਰ ਸਾਹਿਬ ਦੀ ਧਰਤੀ ਦਾ ਜਿਸ ਖਿਡਾਰੀ ਨੇ ਹੁਣ ਜੱਫਾ ਲਾਉਣ ਲਈ ਆਹ ਤਕੜੀ ਕੋਸ਼ਿਸ਼ ਕੀਤੀ ਹੋਈ ਹੈ ਬੱਲੇ ਬੱਲੇ ਹੋ ਗਈ ਮਿੱਤਰੋ ਆਹ ਖਡੂਰ ਸਾਹਿਬ ਆ ਸੱਤੂ $500 ਨਾਜਰ ਸੋਤਾ ਤੇ ਜੈਲਾ ਧੂਰਕੋਟੀਆ ਤੇ ਗੁਰਮੀਤ ਮਾਜਰੀ ਵਾਲਾ ਮੰਨਾ ਸੰਧੂ ਕਹਿੰਦਾ ਰੈਂਬੋ ਸਿੱਧੂ ਦਾ ਧੰਨਵਾਦ ਕਰਦੇ ਹੋ ਟਾਂਟੋ ਤੋਂ ਰੈਂਬੋ ਸਿੱਧੂ ਕਹਿੰਦੇ ਵੀ ਯਾਰੀ ਹੈ ਮੰਨਾ ਸੰਧੂ ਕਪੂਰੀਆਂ ਵਾਲੇ ਦੇ ਨਾਲ ਦਿਲੋਂ ਧੰਨਵਾਦ ਹੈ ਆਹ ਦੁੱਲਾ ਆ ਗਿਆ ਉਹ ਦੁੱਲਾ ਫੇਰ ਆ ਗਿਆ ਬਣ ਗਏ ਸੱਪ ਅੱਜ ਹੋਣਗੇ ਐਕਸ਼ਨ ਉਹ ਬੱਗੇ ਪਿੰਡ ਵਾਲਾ ਦੁੱਲਾ ਕਬੱਡੀ ਦਾ ਮੱਚਦਾ ਯਾਰ ਰੇਡ ਪਾਉਣ ਲਈ ਤਿਆਰ ਹੈ ਇਹਨਾਂ ਇਹਨਾਂ ਦੀ ਜਦੋਂ ਟੱਕਰ ਹੁੰਦੀ ਹੈ ਨਾ ਫਿਰ ਲੋਕੀ ਨੱਚਦੇ ਹੈ ਲੋਕੀ ਟੱਪਦੇ ਹੈ ਲੋਕੀ ਨੱਚਦੇ ਹੈ ਆਹ ਲੋਕੀ ਟੱਪਦੇ ਹੈ ਬੱਗੇ ਪਿੰਡ ਵਾਲਾ ਦੁੱਲਾ ਐਨ ਮੁੜਕੋ ਮੁੜਕੀ ਹੋਇਆ ਪਿਆ ਹੈ ਮੁੜਕੋ ਮੁੜਕੀ ਹੋਇਆ ਪਿਆ ਹੈ ਆਹ ਦੁਨੀਆਂ ਨਜ਼ਾਰਾ ਲੈਂਦੀ ਹੈ ਲੱਖਿਆ ਆਹ ਦੁਨੀਆਂ ਦੁਨੀਆਂ ਉਹ ਦੁਨੀਆਂ ਨਜ਼ਾਰਾ ਲੈਂਦੀ ਦੇ ਬਹੁਤ ਸੋਹਣੀ ਕੋਸ਼ਿਸ਼ ਕੀਤੀ ਪ੍ਰੀਂਦੇ ਪਰ ਪੁਆਇੰਟ ਇਹ ਬੱਗਿਆਂ ਵਾਲਾ ਦੁੱਲਾ ਤਾਂ ਦੁੱਲਾ ਹੀ ਆ ਕਿਆ ਬਾਤ ਹੈ ਅਗਲੀ ਕਬੱਡੀ ਇਹ ਲੈਂਦੇ ਪੰਜਾਬ ਦਾ ਸਮੇਂ ਮਲਕ ਅਗਲੀ ਕਬੱਡੀ ਖੇਡ ਦੇ ਵਿੱਚ ਇੰਦਰਜੀਤ ਓ ਇੰਦਰਜੀਤ ਪਰ ਪੁਆਇੰਟ ਇਹ ਆ ਮਲਕ ਮਲਕ ਲੈਂਦੇ ਪੰਜਾਬ ਦਾ ਇੱਕ ਵਾਰ ਤਾੜੀਆਂ ਮਲਕ ਦੇ ਲਈ ਵੀ ਜ਼ੋਰਦਾਰ ਮਾਰ ਦਿਓ ਬਲਜੀਤ ਸਿੰਘ ਬਾਸੀ ਹੁਣੀ ਮਾਣ ਕਰਦੇ ਆ ਰੁਪਿੰਦਰ ਦੋਦੇ ਵਾਲੇ ਤੇ ਆਹ ਕਹਿੰਦੇ ਮੁੰਡਾ ਜ਼ਿਲ੍ਹੇ ਮੁਕਤਸਰ ਦਾ 40 ਮੁਕਤਿਆਂ ਦੀ ਧਰਤੀ ਤੋਂ ਚੱਲ ਕੇ ਆਇਆ ਹੈ ਆਹ ਇਹ ਰੁਪਿੰਦਰ ਦੋਦੇ ਵਾਲਾ ਇਹ ਵੀ ਦੁੱਗਾਂ ਵਾਲਿਆ ਦੁਨੀਆਂ ਚਾਹੁੰਦੀ ਹੈ ਤੇਰੇ ਅਕਸ਼ਨਾਂ ਨੂੰ ਆਹ ਦੁਨੀਆਂ ਚਾਹੁੰਦੀ ਹੈ ਤੇਰੇ ਅਕਸ਼ਨਾਂ ਨੂੰ ਪਰ ਪੁਆਇੰਟ ਟੈਕਨੀਕਲ ਤੌਰ ਤੇ ਇਹਦਾ ਪੁਆਇੰਟ ਆ ਪੰਜਾਬ ਕੇਸਰੀ ਕਬੱਡੀ ਕਲੱਬ ਤੇ ਦੂਜੇ ਪਾਸੇ ਰਿਚ ਬੜੇਲਫੋਰਡ ਜਗਤਾਰ ਪੱਡਾ ਜੀ ਜਵਾਹਰ ਪੱਡਾ ਜੀ ਬਲਰਾਜ ਸੰਘਾ ਤੇ ਸਾਰੇ ਵੀਰਾਂ ਧੰਨਵਾਦ ਹਰਪ੍ਰੀਤ ਸਿੰਘ ਜੀ ਸਿਵੀਆ ਲੋ ਚਿੱਤਪਾਲ ਸਿੰਘ ਚਿੱਟੀ ਉਧਰ ਤਿੰਨ ਤਿੰਨ ਜੱਫਿਆਂ ਦੇ 5100 ਲੱਗਾ ਹੋਇਆ ਲੋ ਵੇਖਾਂਗੇ ਇੰਦਰਜੀਤ ਫਿਰ ਕੋਸ਼ਿਸ਼ ਕਰਦਾ ਮੈਂ ਵੀ ਚੱਲਿਆ ਪਹਿਲਾ ਜੱਫਾ ਲੱਗ ਚੱਲਿਆ ਉਹ ਪਹਿਲਾ ਜੱਫਾ ਲੱਗ ਚੱਲਿਆ ਕਬੱਡੀ 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 ਨੌਜਵਾਨ ਸਾਜੀ ਸ਼ਕਰ ਭਰੀ ਆ ਇਸ ਵੇਲੇ ਪੁਆਇੰਟ ਲੈਣ ਦੇ ਵਿੱਚ ਕਾਮਯਾਬ ਹੁੰਦਾ ਹੈ ਮੱਖਣ ਕੀ ਐਲਾਨ ਕਰਦਾ ਹੈ ਉਹ ਮੱਖਣ ਕੀ ਐਲਾਨ ਕਰਦਾ ਹੈ ਮੋਹਣਾ ਬਿੰਦਰ ਤੇ ਰਾਜਾ ਸੈਦੋਕੇ ਵਾਲੇ ਕਹਿੰਦੇ ਫਰਿਆਦ ਤੇ ਇੰਦਰਜੀਤ ਦੇ ਹਰ ਇੱਕ ਜਫੇ ਤੇ $200 ਦਿੱਤਾ ਜਾਣਾ ਹੈ ਇਧਰੋਂ ਲਾਵਲੀ ਰੇੜ ਮੰਨਾ ਬਲ ਨਾ ਪਿੰਡ ਵਾਲਾ ਦਲਜੀਤ ਸੋਹਤੇ ਦਾ ਮੇਜਰ ਨੱਤ ਉਹਨਾਂ ਦਾ ਚਿਹਤਾ ਖਿਡਾਰੀ ਆ ਰੇੜ ਪਾਉਂਡੀ ਵਧਿਆ ਹੋਇਆ ਹੈ ਜਲੰਧਰ ਵਾਲਾ ਤੇ ਦੂਜੇ ਪਾਸੇ ਉਹ ਵੇਖਾਂਗੇ ਲੈ ਵੀ ਪੱਲੀ ਬਦਲਾਵ ਵੇਖ ਮੁੰਨਾ ਬਾਲੋ ਦੀ ਧਰਤੀ ਦਾ ਅਗਲੀ ਕਬੱਡੀ ਪਾ ਰਿਹਾ ਉਹ ਜਲਾਲਪੁਰੀਆ ਪਾਲਾ ਕੋਸ਼ਿਸ਼ ਕਰਦਾ ਪਰ ਪੁਆਇੰਟ ਮੁੰਨਾ ਬਲ ਦੋ ਵਾਲੇ ਤੱਕ ਦਾ ਵਾਧਾ ਕਰਦਾ ਹਰਜੀਤ ਗਿੱਲ ਜੀ ਤੇ ਨਾਲ ਕੁਲਦੀਪ ਗਿੱਲ ਜੀ ਬਹੁਤ ਧੰਨਵਾਦ ਲਓ ਇਸ ਸਮੇਂ ਹਰਜੋਤ ਉਹ ਭੰਡਾਲ ਦੋਨੇ ਵਾਲਾ ਜਸਪਾਲ ਭੰਡਾਲ ਦੀ ਕੈਲਗਰੀ ਤੋਂ ਪਹੁੰਚੇ ਹੋਏ ਨੇ ਲੋ ਇਸ ਸਮੇਂ ਵੇਖਾਂਗੇ ਲੱਗੂ ਜੋਰ 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 ਤੇ ਪੁਆਇੰਟ ਵੇਖਾਂਗੇ ਮੱਖਣ ਭੰਡਾਲ ਜੀ ਫੈਸਲਾ ਧਾਵੀ ਦੇ ਹੱਕ ਵਿੱਚ ਹੁੰਦਾ ਹੋਇਆ ਇਸ ਸਮੇਂ ਕਾਲਾ ਗਿੱਦੜ ਪਿੰਡੀ ਜੀ ਸੋ ਗੁਰਪੀ ਖੇਰਾ ਦੇ ਬ੍ਰਦਰ ਬਹੁਤ ਬਹੁਤ ਧੰਨਵਾਦ ਲਓ ਹਰਜੋਤ ਕਰੇ ਦਾ ਵਾਧਾ ਤੇ ਕਾਲੇ ਦੀ ਪਈ ਕੁੜੀ ਕਕਰਾਲੀ ਸਾਹਿਬ ਨਾ ਧਨੌਲੇ ਵਾਲਾ ਕਾਲਾ ਕਹਿੰਦੇ ਅਗਲੀ ਰੇਡ ਪਾਉਣ ਲਈ ਫਿਰ ਤਿਆਰ ਬਰ ਤਿਆਰ ਹੈ ਜਾਂ ਫਿਰ ਚਾਰ ਸਾਹਮਣੇ ਤਿਆਰ ਨੇ ਜਾਂ ਫਿਰ ਚਾਰ ਤੇ ਰੇਡਰ ਇੱਕ ਕਿਹੜਾ ਜਾਂਦਾ ਬਾਜੀ ਜਿੱਤ ਔਰ ਰਾਜੇ ਖੇਲੇ ਕਰਦੀ ਫਿੱਟ ਤੂੰ ਲਿਖ ਕੇ ਨਾਮ ਖਿਡਾਰੀ ਦਾ ਕਿ ਗਹਿਣਾ ਬਣ ਜੇ ਮਿੱਤਰਾ ਉਹਦੀ ਜ਼ਿੰਦਗੀ ਸਾਰੀ ਦਾ ਫਰਿਆਦ ਔਰ ਫਰਿਆਦ ਫਰਿਆਦ ਅੱਲਾਹੂ ਦਾ ਆਵਾਜ਼ ਆਵੇ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਅੱਲਾਹੂ ਦਾ ਆਵਾਜ਼ ਆਵੇ
ਕੁੱਲੀ ਨਹੀਂ ਫਕੀਰ ਦੀ ਵਿੱਚੋਂ ਆ ਗਈ ਮਾਲਵਾ ਐਕਸਪ੍ਰੈਸ ਆ ਗਈ ਔਰ ਬੁਰਜ ਹਰੀ ਸਿੰਘ ਵਾਲਾ ਗੁਰਪ੍ਰੀਤ ਸਿੰਘ ਅੱਜ ਸਵੇਰ ਤੋਂ ਹਾਈ ਪ੍ਰੈਸ਼ਰ ਉਹ ਮੈਚ ਖੇਡ ਰਿਹਾ ਤਾਂ ਦੇਖਾਂਗੇ ਹਲਕਾ ਟੱਚ ਜੱਗੇ ਨੂੰ ਕਰਕੇ ਕਿਤੇ ਵਾਧਾ ਖੇਡਾਂ ਦੇ ਵਿੱਚ ਉੱਧਰ $100 ਹੋਵੇਗਾ ਪ੍ਰੀਤ ਲੱਦੂ ਦੇ ਦੋ ਜੱਫਿਆਂ ਤੇ ਸਾਡੇ ਰੰਧਾਵੇ ਵੀਰ ਵੱਲੋਂ ਲਓ ਅਗਲੀ ਕਬੱਡੀ ਇਸ ਵੇ ਮਲਕ ਦੀ ਜਲਾਲਪੁਰੀ ਕੋਸ਼ਿਸ਼ ਕਰਦਾ ਕਿ ਕੌਣ ਕਰਦਾ ਗੱਲ ਕਮਜ਼ੋਰਾਂ ਦੀ ਸਦਾ ਹੁੰਦੀ ਗੱਲ ਕਮਜ਼ੋਰਾਂ ਦੀ ਲੱਖੇ ਖਿਦਮਾ ਲੋਕ ਬੁਲਾਂ ਤੇ ਉਹਦੀ ਚਰਚਾ ਬੱਬਰ ਸ਼ੇਰਾਂ ਦੀ ਰਾਜੀ ਦੀ ਕਹਿੰਦੇ ਛੰਨਾ ਵਾਲਾ ਉਹਦਾ ਵੀ ਬਹੁਤ ਬਹੁਤ ਧੰਨਵਾਦ ਹੈ ਉਧਰ ਸਾਡੇ ਵੀਰ ਬੱਲੀ ਬਲਰਾਮ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਰਾਜੂ ਕਹਿੰਦੇ ਭੜੀ ਦੇ ਕੋਟਲੇ ਵਾਲਾ ਇਹ ਹੈ ਜੀਵਨ ਗਿੱਲ ਦਾ ਪੁੱਤਰ ਇੱਕ ਤਕੜਾ ਪੈਂਟ ਜੁੜ ਗਿਆ ਹੈ ਉਧਰ ਸਾਡੇ ਜਿੱਥੇ ਕਹਿੰਦੇ ਹਰਜੀਤ ਸਿੰਘ ਜੀ ਸ਼ੇਰੇ ਪੰਜਾਬ ਵਾਲੇ ਗੈਰੀ ਕੁੰਨਰ ਕੁਲਦੀਪ ਗਿੱਲ ਅਪੀਲ ਫਰਾਂਸ ਜੀਵਨ ਗਿੱਲ ਦਾ ਦਸ਼ਮੇਸ਼ ਫੂਡ ਵਾਲਿਆਂ ਦਾ ਦਿਲੋਂ ਧੰਨਵਾਦ ਹੈ ਔਰ ਚਿੱਤਪਾਲ ਚਿੱਟੀ ਵਾਲਾ ਰੇਡ ਪੁਆਂਡੀ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਜਲਾਲ ਪ੍ਰੀਆ ਪਾਲਾ ਤਿਆਰ ਹੈ ਇੰਦਰਜੀਤ ਫਰਿਆਦ ਤਿਆਰ ਨੇ ਔਰ ਖਡੂਰ ਸਾਹਿਬ ਦੀ ਧਰਤੀ ਦਾ ਸੱਤੂ ਤਿਆਰ ਹੈ ਪਰ ਵੇਖੋ ਸਾਹਮਣੇ ਇੰਦਰਜੀਤ ਦੇ ਨਾਲ ਮੁਕਾਬਲਾ ਕਰਕੇ ਔਰ ਚਿੱਟੀ ਵਾਲਾ ਭੱਜ ਗਿਆ ਹੈ ਅਵਤਾਰ ਢੇਸੀ ਦਾ ਮੰਨੇ ਸੰਧੂ ਦਾ ਤੇ ਨਾਲ ਰਾਜੇ ਸੰਘੇ ਦਾ ਲੋ ਸੰਧੂ ਦਾ ਫਿਰ ਆ ਗਿਆ ਉਹ ਗੁਰਪ੍ਰੀਤ ਆ ਗਿਆ ਬੁਰਜ ਹਰੀ ਵਾਲਾ ਇੱਕ ਵਾਰੀ ਫਿਰ ਪੰਜਾਬ ਕੇਸਰੀ ਕਬੱਡੀ ਕਲੱਬ ਵੱਲੋਂ ਉਹ ਦੂਜੇ ਪਾਸੇ ਔਰ ਰਿਚ ਬੜੇ ਖੋਡੀ ਟੀਮ ਵੱਲੋਂ ਇਸ ਸਮੇਂ ਕੋਸ਼ਿਸ਼ ਪਰ ਪੁਆਇੰਟ ਵੇਖਾਂਗੇ ਗੁਰਪ੍ਰੀਤ ਬੁਰਜ ਹਰੀ ਵਾਲੇ ਕਹਿੰਦੇ ਵਾਧਾ ਕਰਦਾ ਹੋਇਆ ਤੇ ਰੱਖ ਲੱਖੇ ਸਦਮਾ ਬੁਲੰਦ ਹੌਸਲੇ ਹੌਲੀ ਹੌਲੀ ਲਿਆਉਂਦੇ ਨੇ ਇਹ ਰੰਗ ਹੌਸਲੇ ਬਿਨਾਂ ਤੇਲ ਕਦੇ ਨਹੀਂ ਉਹ ਦੀਪ ਜਗਦੇ ਕਰ ਮਿਹਨਤ ਹੀ ਹੁੰਦੀਆਂ ਚੜ੍ਹਾਈਆਂ ਜਗ ਤੇ ਕਰ ਮਿਹਨਤ ਹੀ ਹੁੰਦੀਆਂ ਚੜ੍ਹਾਈਆਂ ਜਗ ਤੇ ਇਹ ਮੰਨਾ ਬਲ ਨਾ ਪਿੰਡ ਵਾਲਾ ਔਰ ਮੰਨਾ ਬਲ ਨਾ ਪਿੰਡ ਵਾਲਾ ਕੰਬਾਈਨ ਦਾ ਜੇਤੂ ਰੇਡ ਪਾਉਂਡੀ ਵਧਿਆ ਹੋਇਆ ਜਾਫੀ ਚਾਰ ਪੰਜਾਬ ਕੇਸਰੀ ਕਬੱਡੀ ਕਲੱਬ ਦੇ ਔਰ ਤਿਆਰੀ ਦੇ ਵਿੱਚ ਨੇ ਇਹ ਆ ਨੌਜਵਾਨ ਕਹਿੰਦੇ ਖਡੂਰ ਸਾਹਿਬ ਆ ਸੱਤੂ ਕਿ ਜੜੇ ਖਣੇ ਦੇ ਬਸ ਦਾ ਨਹੀਂ ਉਹ ਕੰਮ ਕਬੱਡੀ ਦਾ ਔਰ ਸ਼ੇਰਾਂ ਵਰਗਾ ਰੱਖਣਾ ਪੈਂਦਾ ਦਮ ਕਬੱਡੀ ਦਾ ਕਿ ਬਾਰੇ ਬਾਰੇ ਜਾਈਏ ਇਸ ਮਾਂ ਖੇਡ ਕਬੱਡੀ ਦੇ ਆ ਜੋਸ਼ ਜਾਨ ਤੇ ਫੁਰਤੀ ਨੇ ਦਾ ਪੇਚ ਕਬੱਡੀ ਦੇ ਆ ਜੋ ਜਾਨ ਤੇ ਫੁਰਤੀ ਨੇ ਦਾ ਪੇਚ ਕਬੱਡੀ ਔਰ ਰੁਪਿੰਦਰ ਦੋਤੇ ਵਾਲਾ ਕਬੱਡੀ ਪਾ ਰਿਹਾ ਪ੍ਰੀਤ ਲੱਦੂ ਦੇ ਦੋ ਜੱਫੇ ਦੇ 200 ਹੋਵੇਗਾ ਤੇ ਸਾਡੇ ਵੀਰ ਦਿਲਪ੍ਰੀਤ ਵੱਲੋਂ ਬਲ ਵੱਲੋਂ ਮਾਸੀ ਦਾ ਮੁੰਡਾ ਕਹਿੰਦੇ ਤੇ ਨਾਲ ਰੰਧਾਵਾ ਵੀਰ ਉਹਨਾਂ ਵੱਲੋਂ 200 ਪ੍ਰੀਤ ਦੇ ਦੋ ਜੱਫੇ ਦੇਵੇਗਾ ਆ ਵੇਖਾਂਗੇ ਕੀ ਗੱਲ ਬਣਦੀ ਆ ਮੱਖਣ ਭੰਡਾਲ ਜੀ ਦਾ ਕੀ ਫੈਸਲਾ ਹੋਵੇਗਾ ਲੋ ਇਸ ਸਮੇਂ ਕੀ ਫੈਸਲਾ ਹੋਵੇਗਾ ਰੇਡਰ ਦਾ ਜਾਂ ਜਾਫੀ ਦਾ ਜਾਫੀ ਦਾ ਫੈਸਲਾ ਜ਼ੋਰ ਲੱਗਾ ਹੋਇਆ ਦੋਨੋਂ ਟੀਮਾਂ ਦੇ ਪ੍ਰਮੋਟਰਾਂ ਦਾ ਆ ਦੁੱਗੇ ਵਾਲਾ ਜੱਫਾ ਲੱਗਦਾ ਨਿਊ ਮਿਲੇਨੀਅਮ ਟਾਇਰ ਦਾ ਕਹਿੰਦੇ $500 ਲੱਗਿਆ ਹੋਇਆ ਆਟੋ ਬੰਦ ਰਵਿੰਦਰ ਵਾਸੀ ਸੁਖੇ ਵਾਸੀ ਦਾ ਸੁਖ ਬਰਾੜ ਪੱਤੂ ਹੀਰਾ ਸਿੰਘ ਬਲਾਸ ਸੰਘੇ ਉਹਨਾਂ ਦਾ ਤੇ ਨਾਲ ਬੱਬਲ ਸੰਗਰੂਰ ਦਾ ਮਨਵੀਰ ਸੰਗਰੂਰ ਉਹਨਾਂ ਦਾ ਰਿਵਿਊ ਜਿਹੜਾ ਸਾਡੇ ਵੀਰ ਇਸ ਟੀਮ ਦੇ ਵੱਖੋ ਵੱਖਰੇ ਪ੍ਰਮੋਟਰਾਂ ਦੇ ਵੱਡੇ ਯੋਗਦਾਨ ਨੇ ਹਰਪ੍ਰੀਤ ਸੀਵੀ ਉਹਨਾਂ ਦਾ ਤੇ ਨਾਲ ਉਹਨਾਂ ਦੇ ਸਾਥੀ ਕਹਿੰਦੇ ਜਿੱਥੇ ਮਨਜੀਤ ਧੂਰਕੋਟੀਆ ਸੁਖ ਭੰਦੇਰ ਸੋਨੂ ਬਾਠ ਸਟੀਵ ਦਲੇ ਉਧਰ ਸਾਡੇ ਬਹੁਤ ਹੀ ਪਰਮ ਪਿਆਰੇ ਮਿੱਤਰਾਂ ਦੇ ਵਿੱਚੋਂ ਹਰਜੀਤ ਗਿੱਲ ਕਹਿੰਦੇ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਰਾਜ FRC ਟਰਾਂਸਪੋਰਟ ਐਂਡ ਕੁਲਦੀਪ ਗਿੱਲ ਅਪੀਲ ਫਾਈਨੈਂਸ਼ੀਅਲ ਹਰਜੀਤ ਗਿੱਲ ਬਾਈ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਵੱਡੇ ਪ੍ਰਮੋਟਰ ਹੈ ਵੱਡੇ ਪ੍ਰਮੋਟਰਾਂ ਦੇ ਤੌਰ ਤੇ ਬੂਟਾ ਦਸਾਂਝ ਸੁਖੀ ਦਸਾਂਝ ਤੇ ਹਰਮੀਤ ਗੋਪਾ ਰਾਏ ਗੁਰਮੀਤ ਮਠਾੜੂ ਗੁਰਵਿੰਦਰ ਗਿੱਲ ਜਸਪਾਲ ਦਿਓਲ ਰਵੀ ਧਾਰੀਵਾਲ ਮਨਜੀਤ ਚਾਹ ਜੋਤੀ ਭੰਦੇਰ ਤੇ ਨਾਲ ਪਿੱਕੇ ਉਹਨਾਂ ਦਾ ਪਵਨ ਗਿੱਲ ਦਾ ਜਸਵੀਰ ਗਿੱਲ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਉਧਰ ਲਖਵੀਰ ਕੰਗ ਜੀ ਆਖਦੇ ਨੇ $100 ਪ੍ਰੀਤ ਲੱਦੂ ਦੇ ਹਰ ਇੱਕ ਜੱਫੇ ਦੇ ਹੋਵੇਗਾ ਲਖਵੀਰ ਕੰਗ ਜੀ ਵੱਲੋਂ ਇੱਕ ਪਾਸੇ ਰਿਚ ਮੰਦੇਵਤ ਦੀ ਟੀਮ ਉਧਰ ਸਾਡੇ ਵੀਰ ਸਾਬੀ ਸਰਾਏ ਜੀ ਅੰਪਾਇਰ ਲਗਜ਼ਰੀ ਹੋਮ ਕੰਸਟਰਕਸ਼ਨ ਨੂੰ ਟੱਚ ਤੇ ਉਧਰ ਰਿਲਾਇੰਸ ਕਿਚਨ ਕੈਬਿਨਟ ਤੇ ਹਰਜੀਤ ਤੇ ਨਾਲ ਸਾਡੇ ਗੁਰਦੀਪ ਸਿੱਧੂ ਜੀ ਤੇ ਸਾਡਾ ਹਰਜੀਤ ਸੁੰਦਰ ਵੀਰ ਸੋ ਉਹਨਾਂ ਵੱਲੋਂ ਵੀ ਅੱਜ ਵਿਸ਼ੇਸ਼ ਸਨਮਾਨ ਨੂੰ ਦਿੱਤਾ ਗਿਆ ਪੁਆਇੰਟ ਧਾਵੀ ਨੂੰ ਦਿੱਤਾ ਗਿਆ ਜੱਲਾ ਧੂਰਕੋਟ ਸੋਟਾ ਗੁਰਮੀਤ ਮਠਾੜੂ ਸ਼ਾਹੀਨ ਕਿਚਨ ਦੇ ਸਾਡੇ ਜੋਤੀ ਭੰਦੇਰ ਨੇ ਐਲਾਨ ਕੀਤਾ ਹੋਈ ਖੁਸ਼ੀ ਦੇ ਹਰ ਇੱਕ ਜੱਫੇ ਤੇ $300 ਦਿੱਤਾ ਜਾਣਾ ਹੈ ਲੋ ਮਲਕ ਆ ਗਿਆ ਆ ਲੈਂਦੇ ਪੰਜਾਬ ਦਾ ਸਮੇਂ ਮਲਕ ਉਹ ਦੂਜੇ ਪਾਸੇ ਉਹ ਖਡੂਰ ਸਾਪੀਆ ਉਹ ਮਾਝੇ ਦਾ ਮਝੈਲ ਉਹ ਪੰਜਾਬ ਕੇਸਰੀ ਦਾ ਉੱਲ ਇੱਕ ਵਾਰ ਵਾਧਾ ਕਰ ਗੂ ਉਹ ਕਰ ਪਾਉ ਲੋ ਸਮੇਂ ਦੀਆਂ ਬਾਤਾਂ ਹੋਣਗੀਆਂ ਲੱਗਿਆ ਹੋਇਆ ਜ਼ੋਰ ਜ਼ੋਰ ਤੇ ਸੂਰਮਿਆਂ ਦੀ ਗੱਲ ਸਦਾ ਇੱਥੇ ਕਰਦਾ ਕੁੱਲ ਜਮਾਨਾ ਲੱਖੇ ਸਿਦਮਾ ਚਾਹਦੇ ਸੂਰਜ ਨੂੰ ਔਰ ਦੁਨੀਆ ਕਰੇ ਸਲਾਮਾ ਇੱਕ ਕਹਿੰਦਾ ਵਾਧਾ ਸੱਤੂ ਖਡੂਰ ਸਾਹਿਬੀਆ ਨਾਲ ਅੱਗੇ ਵੱਲ ਵਧਿਆ ਹੋਇਆ ਇਸ ਸਮੇਂ ਉਹ ਵਾ ਪ੍ਰੀਤ ਕਿਆ ਬਾਤ ਹੈ
11,000 ਜਿਹੜਾ ਬੰਦਾ ਲਾਈਵ ਕਬੱਡੀ ਦਾ ਲਾਈਵ ਦੇਖ ਰਿਹਾ ਹੈ ਬਹੁਤ ਸਵਾਦ ਹੈ ਐਲਾਨ ਕਰ ਦਿੱਤਾ ਹੈ ਭਾਰਤ ਤੋਂ ਜੋ 11,000 ਲਾਈਵ ਦੇ ਟੀਮ ਦਾ ਜਿਹੜਾ ਜਾਫੀ ਜਫਾ ਲਾਵੇਗਾ ਉਹਨਾਂ ਨੂੰ $100 ਦਿੱਤਾ ਜਾਣਾ ਹੈ ਬਲਿਆਰ ਵਾਸੀ ਤੇ ਜਸਵੰਤ ਵਾਸੀ $200 ਦੇਣਗੇ ਲਓ ਚਿੱਤਪਾਲ ਚਿੱਟੀ ਵਾਲਾ ਰੇਡ ਪੌਂਡੀ ਤਿਆਰ ਹੈ ਜਲਾਲ ਪ੍ਰਿਆ ਪਾਲਾ ਤਿਆਰ ਹੈ ਆਹ ਫਰਿਆਦ ਤੇ ਅਮਰਜੀਤ ਜਿਹੜੀ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਪਰ ਚਿੱਤਪਾਲ ਚਿੱਟੀ ਵਾਲਾ ਆਹ ਚਿੱਟੀ ਵਾਲਾ ਕਹਿੰਦੇ ਵੇਹਰਿਆ ਫਿਰਦਾ ਹੈ ਅੱਜ ਦੇ ਚਿੱਟੀ ਵਾਲਾ ਬਾਕੀ ਇਹਨਾਂ ਮੈਦਾਨਾਂ ਦੇ ਵਿੱਚ ਵੇਹਰਿਆ ਫਿਰਦਾ ਹੈ ਕਾਲਾ ਸਾਡਾ ਵੀਰ ਗਿੱਦੜ ਪਿੰਡੀਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਾਲਾ ਸਾਡਾ ਵੀਰ ਗਿੱਦੜ ਪਿੰਡੀਆ ਆਹ ਸ਼ਾਜੀ ਸ਼ਕਰ ਪ੍ਰਿਆ ਫਰਿਆਦ ਦਾ ਵੀਰ ਮਲੂਕ ਦਾ ਵੀਰ ਆਹ ਚਾਰ ਟਰੈਕਟਰਾਂ ਦਾ ਜੇਤੂ ਰੇਡ ਪੌਂਡੀ ਵਧਿਆ ਹੋਇਆ ਹੈ ਪਰ ਵੇਖੋ ਸਾਹਮਣੇ ਪ੍ਰੀਤ ਲੱਦੂਵਾਲੀ ਦੀ ਧਰਤੀ ਦਾ ਇਹ ਫਰੰਦੀ ਪਰੀ ਗੋਪੀ ਦਾ ਕਹਿੰਦੇ ਚੰਡਿਆ ਹੋਇਆ ਹੈ ਆਹ ਮੁਕਾਬਲਾ ਸਖਤ ਹੈ ਪਰ ਸਾਜੀ ਦਾ ਸਾਜੀ ਆ ਸ਼ਕਰਪੁਰੀ ਆ ਫਰਿਆਦ ਦਾ ਵੀਰ ਬਹੁਤ ਸੋਹਣਾ ਅੱਜ ਦੀ ਮੇਜ਼ਬਾਨ ਟੀਮ ਖੇਡ ਰਹੀ ਹੈ ਮੰਨੇ ਸੰਧੂ ਹੋਣਾ ਦੀ ਤੇ ਦੂਜੇ ਪਾਸੇ ਰਿਚ ਮੁੰਡੇ ਵਾਲਾ ਪੀਸੀਬੀ ਜਗਤਾਰ ਪੱਡੇ ਹੋਣਾ ਟੀਮ ਬਲਰਾਜ ਸੰਘਾ ਬੱਬਲ ਸੰਗਰੂਰ ਜਵਾਰ ਪੱਡਾ ਸੋ ਉਹਨਾਂ ਦੀ ਟੀਮ ਦਾ ਇਸ ਸਮੇਂ ਪਈ ਕਬੱਡੀ ਇਹ ਆ ਮੰਨਾ ਬਾਲੋ ਦੀ ਧਰਤੀ ਦਾ ਇਸ ਸਮੇਂ ਕਬੱਡੀ ਪਾ ਰਿਹਾ ਉਹ ਦੂਜੇ ਪਾਸੇ ਉਹ ਦੂਜਾ ਜੱਫਾ ਲੋ ਜੱਲਾ ਜੀ ਦੂਜਾ ਜੱਫਾ ਲੱਗ ਗਿਆ ਤੇ $5,500 ਹੋਵੇਗਾ ਜੇ ਇੱਕ ਜੱਫਾ ਹੋਰ ਫਰਿਆਦ ਜੱਲਾ ਧੂਰਸੋਟ ਨਾਜਰ ਸੋਤਾ ਗੁਰਮੀਤ ਮਾਜਰੀ ਉਹਨਾਂ ਵੱਲੋਂ ਤੇ ਨਾਲ ਸਾਡਾ ਵੀਰ ਬੱਬੂ ਕਲੇਰਾਂ ਵੱਲੋਂ $500 ਪੰਡਾਲ ਤੋਂ ਜਿਹੜਾ ਕਬੱਡੀ ਪਾ ਰਿਹਾ ਆਹ ਬਾਏ ਜੋਧਿਆ ਬਾਏ ਸੁਰਮਿਆਨ ਸਿਰਾ ਲੱਗਿਆ ਪਿਆ $200 ਬਲਿਆਰ ਵਾਸੀ ਤੇ ਜਸਵੰਤ ਵਾਸੀ ਆਹ ਪੁੱਜਦਾ ਕਰਦੇ ਜੀ ਇਸ ਖਿਡਾਰੀ ਨੂੰ $200 ਦੇ ਵੱਡੇ ਮਾਨ ਸਨਮਾਨ ਪੁੱਜਦੇ ਕੀਤੇ ਜਾਣਗੇ ਆਹ ਧਨੌਲੇ ਵਾਲਾ ਕਾਲਾ ਅਗਲੀ ਰੇਡ ਪਾਉਣੀ ਫਿਰ ਤਿਆਰ ਬਰ ਤਿਆਰ ਹੈ ਇਹ ਧਨੌਲੇ ਵਾਲਾ ਕਾਲਾ ਕਹਿੰਦੇ ਉਦਾਂ ਤਾਂ ਕਿਸੇ ਤੋਂ ਹੱਥ ਨਹੀਂ ਲਵਾਇਆ ਬੇਬੇ ਬਾਪੂ ਨੇ ਛੱਟੀਆਂ ਨਾਲ ਕੁੱਟਿਆ ਅਸੀਂ ਸਪੋਟਾਂ ਨਾਲ ਨਹੀਂ ਜੁਰਤਾਂ ਨਾਲ ਉੱਠੇ ਹੈ ਆਹ ਅਸੀਂ ਮਿਹਨਤਾਂ ਨਾਲ ਉੱਠੇ ਹੈ ਇਹ ਮਿਹਨਤਾਂ ਨਾਲ ਉੱਠਣ ਵਾਲੇ ਯੋਧੇ ਹੈ ਫਰਿਆਦ ਤੇ ਕਾਲਾ ਵਾਹ ਇਹ ਆ ਕਾਲਾ ਧਨੌਲੇ ਪਿੰਡ ਵਾਲਾ ਵਾਹ ਕਾਲਿਆ ਬਹੁਤ ਸੋਹਣੀ ਖੇਡ ਕਬੱਡੀ ਦੀ ਰਾਜਾ ਸੰਘਾ ਕਹਿੰਦਾ ਵੀ ਸਾਡੇ ਓਨਟਾਰੀਓ ਕਬੱਡੀ ਕਲੱਬ ਦੇ ਲਾਡੇ ਸੋਤੇ ਦਾ ਸ਼ੇਰੇ ਮੁੰਡੇ ਦਾ ਗੁਰਪ੍ਰੀਤ ਢੇਸੀ ਮਨਪ੍ਰੀਤ ਢੇਸੀ ਦਾ ਤੇ ਬਿੱਲੇ ਥਿਆਰੇ ਉਹਨਾਂ ਨੇ 6 ਖਿਡਾਰੀ ਦਿੱਤੇ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਲਓ ਗੁਰਪ੍ਰੀਤ ਬੁਰਜ ਹਰੀ ਸਿੰਘ ਵਾਲਾ ਪਾ ਕੇ ਰੇਡ ਇੱਕ ਹੋਰ ਅੰਕੜਾ ਜੋੜ ਗਿਆ ਲਓ ਅਗਲੀ ਕਬੱਡੀ ਲੈਂਦੇ ਪੰਜਾਬ ਦਾ ਇਹ ਆ ਮਲਕ ਸਮੇਂ ਅਗਲੀ ਕਬੱਡੀ ਪਾ ਰਿਹਾ ਉਹ ਦੂਜੇ ਪਾਸੇ ਕਿ ਉੱਡਦੀ ਨੂੰ ਬਾਜ ਪੈ ਗਿਆ ਇੰਦਰਜੀਤ ਕਲਸੀਏ ਕੋਸ਼ਿਸ਼ ਕਰਦਾ ਪਰ ਪੁਆਇੰਟ ਮਲਕ ਇੱਕ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਰੁਪਿੰਦਰ ਦੀ ਬੱਲੀ ਬਲਰਾਮ ਵੱਲੋਂ $100 ਜੇ ਮੰਗੀ ਜਫਾ ਲਾਵੇਗਾ ਤੇ ਨਾਲ ਸਾਡਾ ਧੀਰਪੁਰੀਆ ਕੁਲਦੀਪ ਲਾ ਰੁਪਿੰਦਰ ਦੀ ਪਈ ਕਬੱਡੀ ਦੇ ਕੌਣ ਜਫਾ ਲਾ ਕੇ ਕਮਾਲ ਦਾ ਜਫਾ ਲਾ ਕੇ ਕਮਾਲ ਕਰੇਗਾ ਲੋ ਇਸ ਸਮੇਂ ਇੱਕ ਪਾਸੇ ਜੱਗਾ ਦੂਜੇ ਪਾਸੇ ਕਬੱਡੀ ਦਾ ਕਿੰਗ ਜਾਂ ਦੁੱਗਿਆਂ ਵਾਲਾ ਕਰਾਊ ਬੱਲੇ ਬੱਲੇ ਜਾਂ ਫਿਰ ਪ੍ਰੀਤ ਲੱਦੂ ਲੋ ਇਹ ਚਿੱਟੀ ਵਾਲਾ ਉਹ ਚਿੱਟੀ ਵਾਲਾ ਰੁਪਿੰਦਰ ਦੋਦੇ ਵਾਲਾ ਸਿਰਾ ਕਰਾਈ ਜਾਂਦਾ ਹੈ ਆਹ ਦੋਦੇ ਵਾਲਾ ਰੁਪਿੰਦਰ ਤਕੜਾ ਪੈਂਟ ਜੁੜ ਗਿਆ ਹੈ ਐਨ ਤਕੜੀ ਖੇਡ ਦਾ ਨਜ਼ਾਰਾ ਬਣਿਆ ਹੋਇਆ ਹੈ ਹਰਜੋਤ ਪੰਡਾਲ ਦੇ ਥੋੜੀ ਸੱਟ ਲੱਗੀ ਹੈ ਮੇਰੀ ਬੇਨਤੀ ਹੈ ਫਸਟ ਏਡ ਦੇ ਲਈ ਜਿਹੜੇ ਵੀਰ ਫਸਟ ਏਡ ਤੇ ਡਿਊਟੀ ਹੈ ਉਹ ਪਲੀਜ਼ ਫਸਟ ਏਡ ਕਮ ਇਨ ਦਾ ਗਰਾਊਂਡ ਬਹੁਤ ਬਹੁਤ ਧੰਨਵਾਦ ਹੋਵੇਗਾ ਬਹੁਤ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਪੰਜਾਬ ਕੇਸਰੀ ਕਬੱਡੀ ਕਲੱਬ ਦੇ ਉਤਾਰ ਢੇਸੀ ਦਾ ਸਰਦਾਰ ਸੇਵਾ ਸਿੰਘ ਜੀ ਰਾਣੇ ਦਾ ਰਾਜੇ ਸੰਘੇ ਉਹਨਾਂ ਦਾ ਮੰਨਾ ਸੰਧੂ ਕਪੂਰੇ ਪਿੰਡ ਵਾਲਾ ਕਹਿੰਦਾ ਰੈਂਬੋ ਸਿੱਧੂ ਦਾ ਧੰਨਵਾਦ ਕਰਦੇ ਹੋ ਜਿਹੜਾ ਟਰਾਂਟੋ ਤੇ ਟੂਰਨਾਮੈਂਟ ਦੇ ਨਾਲ ਵੱਡੇ ਪ੍ਰਮੋਟਰਾਂ ਦੇ ਤੌਰ ਤੇ ਜੁੜਿਆ ਹੋਇਆ ਹੈ ਤੇ ਨਾਲ ਜਵਾਰਾ ਕਾਲੇ ਸੰਘਿਆਂ ਵਾਲਾ ਨਿਰਮਲ ਗਿੱਲ ਗੈਰੀ ਸਾਡਾ ਵੀਰ ਤੇ ਉਹਨਾਂ ਦਾ ਵੀ ਤੇ ਨਾਲ ਰਾਜੇ ਸੰਘੇ ਉਹਨਾਂ ਦਾ ਜਵਾਰਾ ਸਾਡਾ ਵੀਰ ਕਾਲੇ ਸੰਘਿਆਂ ਵਾਲਾ ਪੰਮੀ ਸਿੱਧੂ ਗੋਲੇ ਵਾਲੀਆ ਜੇ ਕਿ ਅੱਜ ਦੇ ਟੂਰਨਾਮੈਂਟ ਦੇ ਸਪਾਂਸਰ ਵੀ ਨੇ ਤੇ ਨਾਲ ਦੀ ਨਾਲ ਸ਼ੀਸ਼ਾ ਸੰਗਾ ਜੀ ਉਹ ਵੀ ਅੱਜ ਨਾਲ ਸਪਾਂਸਰ ਨੇ ਸ਼ੀਸ਼ਾ ਸੰਗਾ ਜੀ ਜਗਤਾਰ ਪੱਡਾ ਜੀ ਰਿਚਮਨ ਦੇਵਸਪੋਰ ਦੇ ਲਈ ਤੇ ਨਾਲ ਸਾਡੇ ਵੀਰ ਸਾਡਾ ਸੋ ਸਾਰੇ ਵੀਰ ਕਾਲਾ ਗਿੱਦੜ ਪਿੰਡੀ ਸੁਭਾ ਵਤਵਾ ਲਓ ਹਰਪੀ ਸਿਵੀਆ ਤੇ ਜਿਹੜਾ ਪੁਆਇੰਟ ਆ ਇਹ ਧਾਵੀ ਦੇ ਹੱਕ ਵਿੱਚ ਹੋਵੇਗਾ ਜਿਹੜਾ ਆ ਪੁਆਇੰਟ ਜੱਲਾ ਧੂੜਕੋਟ ਦਾ ਫਸਤਾ ਜੀ ਮੰਨੇ ਅਗਰ ਗੈਰੀ ਧੂਰ ਕਹਿੰਦਾ ਵੀ ਮੰਨੇ ਦਾ ਧੰਨਵਾਦ ਕਰਦੇ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਬੰਦੇ ਦਾ ਲੋ ਆ ਗਿਆ ਚਿੱਤਬਲ ਚਿੱਟੀ ਵਾਲਾ ਇਸ ਸਮੇਂ ਜ਼ਿਲ੍ਹੇ ਜਲੰਧਰ ਵਾਲਾ ਅਗਲੀ ਕਬੱਡੀ ਪਾਉਣ ਲਈ ਇੱਕ ਪਾਸੇ ਜੱਗਾ ਜੱਫੇ ਲਾਉਂਦਾ ਤੇ ਚਿੱਤਬਲ ਕਬੱਡੀਆਂ ਪਾਉਂਦਾ ਦੂਜੇ ਪਾਸੇ ਇਹ ਵੀ ਜ਼ਿਲ੍ਹੇ ਜਲੰਧਰ ਦਾ ਆ ਜਲਾਲਪੁਰੀਆ ਉਹ ਬੱਲੇ ਆ ਜਲਾਲਪੁਰੀਆ ਉੱਠ ਕੇ ਗਰੀਬੀ ਵਿੱਚੋਂ ਉਹ ਕੰਮ ਕੀਤਾ ਜੱਗ ਤੇ ਮਾਂ ਦੀਆਂ ਦੁਆਵਾਂ ਤੇ ਭਰੋਸਾ ਰੱਖ ਰੱਬ ਤੇ ਨੰਬਰਾਂ ਦੇ ਖੇਡ ਦਾ ਕਬੱਡੀ ਹੁਣ ਹਾਲੇ ਦੀ ਲੱਖੇ ਸਿੱਧਵਾ ਦੁਨੀਆ ਦੀਵਾਨੀ ਜਲਾਲਪੁਰ ਵਾਲੇ ਦੁਨੀਆ ਦੀਵਾਨੀ ਅੱਜ ਕੱਲ੍ਹ ਕਹਿੰਦੇ ਜਲਾਲਪੁਰੀ ਪਾਲੇ ਦੀ ਫਾਈਨਲ ਦੇ ਵਿੱਚ ਜੱਟ ਨੇ ਐਨ ਮੁੱਲ ਮੋੜਨ ਵਾਲੀ ਗੱਲ ਕਰ ਦਿੱਤੀ ਹੈ ਆਹ ਗੁਰਪ੍ਰੀਤ ਬੁਰਜ ਹਰੀ ਸਿੰਘ ਵਾਲਾ
ਐਸਬੀ ਰੇਡ ਪੌਂਡੀ ਵਧਿਆ ਹੋਇਆ ਜਾਫੀ ਚਾਰ ਤਿਆਰ ਵਰ ਤਿਆਰ ਨੇ ਆਹ ਚਾਰਾਂ ਦੇ ਵਿੱਚੋਂ ਮੰਗਤ ਮੰਗੀ ਹੈ ਦੁੱਗਾ ਬੜਾ ਖੁਸ਼ੀ ਹੈ ਪਰ ਨੌਜਵਾਨ ਗੁਰਪ੍ਰੀਤ ਬੁਰਜ ਹਰੀ ਵਾਲਾ ਇੱਕ ਵਧੀਆ ਪੈਰ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਨਾਜ਼ਰ ਸੋਤੇ ਦਾ ਧੂਰਕੋਟੀਏ ਜੈਲੇ ਦਾ ਤੇ ਨਾਲ ਗੁਰਮੀਤ ਮਾਜਰੀ ਵੱਲੋਂ 5100 ਡਾਲਰ ਜਿਹੜਾ ਫਰਿਆਦ ਤੇ ਇੰਦਰ ਜੀ ਦੇ ਜੱਫਿਆਂ ਤੇ ਲੱਗਿਆ ਹੋਇਆ ਹੈ ਇੱਕ ਜੱਫਾ ਫਰਿਆਦ ਦਾ ਬਾਕੀ ਹੈ ਤੇ ਦੂਜਾ ਇੰਦਰ ਜੀ ਦਾ ਦੋ ਬਾਕੀ ਨੇ ਲੋ ਮਲਕ ਆ ਗਿਆ ਉਹ ਲੈਂਦੇ ਪੰਜਾਬ ਦਾ ਸਮੇਂ ਖੇਡਦਾ ਦੇ ਵਿੱਚ ਅਗਲੀ ਕਬੱਡੀ ਪਾਉਂਦਾ ਹੋਇਆ ਕਿ ਜਿੱਤਣੇ ਦਾ ਮਨ ਚ ਜੇ ਹੋਵੇ ਜਜ਼ਬਾ ਫੇਰ ਬੰਦਾ ਹਾਰਾਂ ਕੋਲੋਂ ਕਿੱਥੇ ਡਰਦਾ ਇੰਦਰਜੀਤ ਲੋ ਦੋ ਹੀ ਇੰਦਰਜੀਤ ਦੇ ਜੇਲੇ ਪਾ ਹੋ ਗਏ ਦੋ ਹੀ ਫਰਿਆਦ ਦੇ ਲੋ ਸਾਜੀ ਸਕਰਪੁਰੀ ਅਗਲੀ ਕਬੱਡੀ ਸਾਜੀ ਦੀ ਪੈਂਦੀ ਹੋਈ ਖੇਡ ਮੈਦਾਨ ਦੇ ਵਿੱਚ ਵੇਖਾਂਗੇ ਕੌਣ ਕਰਾਊ ਬੱਲੇ ਬੱਲੇ ਕਮਾਲ ਦਾ ਜੱਫਾ ਲਾ ਕੇ ਸਾਬੀ ਸਰਾਏ ਜੀ ਬਹੁਤ ਧੰਨਵਾਦ ਲਗਜ਼ਰੀ ਹੋਮ ਅੰਪਾਇਰ ਤੋਂ ਬਹੁਤ ਲੋ ਸਾਜੀ ਸਕਰਪੁਰੀ ਪਈ ਕਬੱਡੀ ਦਾ ਕਬੱਡੀ ਦਾ ਕਿੰਗ ਕੋਸ਼ਿਸ਼ ਕਰਦਾ ਕੁਲਜੀਤਾ ਮਲਸੀਆਂ ਵਾਲਾ ਵੀ ਪਹੁੰਚਿਆ ਜਿਹੜਾ ਜੋੜੀ ਮਸ਼ੀਨ ਸਾਧੋ ਕੇ ਤੇ ਰਾਜਾ ਸਾਧੋ ਕੇ ਕਹਿੰਦੇ $200 ਡਾਲਰ ਇੰਦਰਜੀਤ ਅਤੇ ਫਰਿਆਦ ਦੇ ਹਰ ਇੱਕ ਜਫੇ ਦੇ ਵੱਡੇ ਮਾਣ ਦੇਣਗੇ ਬਲਿਆਰ ਵਾਸੀ ਨੇ ਤੇ ਨਾਲ ਜਸਪਾਲ ਦਿਓਲ ਉਹਨਾਂ ਨੇ $200 ਲਾਇਆ ਹੋਇਆ ਆਹ ਮੰਨਾ ਬਲਪ੍ਰੀ ਐਸਵੇ ਰੇਡ ਪਾਉਂਦੀ ਫਿਰ ਤਿਆਰ ਵਰ ਤਿਆਰ ਹੈ ਚਾਰ ਜਾਫੀ ਸਾਹਮਣੇ ਤਿਆਰ ਨੇ ਆਹ ਚਾਰਾਂ ਦੇ ਵਿੱਚੋਂ ਕੌਣ ਰੋਕੇਗਾ ਇਹ ਤੇ ਬਾਤਾਂ ਸਮੇਂ ਦੀਆਂ ਹੁਣ ਗਿਆ ਆਹ ਬਾਤਾਂ ਸਮੇਂ ਦੀਆਂ ਹੁਣ ਗਿਆ ਬਾਤਾਂ ਸਮੇਂ ਦੀਆਂ ਹੁਣ ਗਿਆ ਆਹ ਵਿਚਕਾਰ ਤੋਂ ਕਹਿੰਦੇ ਆਹ ਅੰਨ ਦਾਣੇ ਪਿੰਡ ਦਾ ਬੂਟਾ ਏ ਆਹ ਬੂਟਾ ਤੇ ਮੰਨਾ ਭੱਜਿਆ ਜਾਂਦਾ ਹੈ ਮੰਨਾ ਭੱਜਿਆ ਜਾਂਦਾ ਇੱਕ ਤਕੜਾ ਪਿੰਡ ਜੁੜ ਗਿਆ ਬੁਰਜ ਹਰੀ ਸਿੰਘ ਦਾ ਗੁਰਪ੍ਰੀਤ ਮਾਲਵਾ ਐਕਸਪ੍ਰੈਸ ਵੱਡੇ ਲੰਮੇ ਸਮੇਂ ਤੋਂ ਇਹਨਾਂ ਮੈਦਾਨਾਂ ਦੇ ਵਿੱਚ ਧੁੰਮਾ ਮਾਣ ਵਾਲਾ ਖਿਡਾਰੀ ਰੇਡ ਪਾ ਰਿਹਾ ਪਰ ਉਹਦੇ ਸਾਥੀ ਮੰਗਤ ਮੰਗੀ ਵਰਗੇ ਆਹ ਦੁੱਗਾ ਪਿੰਡ ਦੇ ਖੁਸ਼ੀ ਵਰਗੇ ਵੀ ਐਨ ਕਹਿੰਦੇ ਪੁਰਾਣੇ ਸਟਾਰ ਗਰਾਊਂਡ ਦੇ ਵਿੱਚ ਹਾਜ਼ਰ ਹੈ ਨਵੇਂ ਮੁੰਡਿਆਂ ਦਾ ਸਵੇਲ ਹੈ ਆਹ ਮਾਲਵਾ ਐਕਸਪ੍ਰੈਸ ਅੱਜ ਤਕਰਾਲੀ ਸਾਹਿਬ ਸਵੇਰ ਤੋਂ ਹੀ ਬੜੇ ਹਾਈ ਪ੍ਰੈਸ਼ਰ ਮੈਚ ਖੇਡੇ ਆ ਗੁਰਪ੍ਰੀਤ ਦੇ ਸੰਦੀਪ ਲੁੱਤਰ ਨੇ ਵੀ ਜੋ ਸਪੈਸ਼ਲ ਮਾਇਆ ਦਿੱਤੀ ਸੀ ਗੁਰਪ੍ਰੀਤ ਨੂੰ ਇਹਦਾ ਚ ਬਹੁਤ ਸੋਹਣੀਆਂ ਕਬੱਡੀਆਂ ਪਾ ਰਿਹਾ ਲਓ ਕਾਲਾ ਧਮੋਲੇ ਵਾਲਾ ਅਗਲੀ ਕਬੱਡੀ ਇਸ ਸਮੇਂ ਖੇਡ ਮੈਦਾਨ ਵਿੱਚ ਰਿਚਮੰਡ ਦੇ ਐਮ4 ਦੀ ਟੀਮ ਵੱਲੋਂ ਔਰ ਦੂਜੇ ਪਾਸੇ ਜਲਾਲਪੁਰੀ ਆ ਕੋਸ਼ਿਸ਼ ਕਰਦਾ ਪਰ ਪੁਆਇੰਟ ਧਮੋਲੇ ਵਾਲਾ ਕਾਲਾ ਇੱਕ ਅੱਗ ਦਾ ਵਾਧਾ ਖੇਡਾਂ ਦੇ ਵਿੱਚ ਫੇਰ ਆ ਗਿਆ ਉਧਰ ਸਰਾਏ ਟਰਾਂਸਪੋਰਟ ਵਾਲੇ ਸਾਡੇ ਵੀਰ ਕੁਲਦੀਪ ਉਹਨਾਂ ਦਾ ਧੰਨਵਾਦ ਆ ਰੁਪਿੰਦਰ ਦੋਦੇ ਪਿੰਡ ਵਾਲਾ ਕਿ ਪੂਰਾ ਇਹ ਯਕੀਨ ਵੀਰੇ ਦੁਨੀਆ ਨਚਾਵਾਂਗੇ ਆਹ ਲਾਟਰੀ ਨਹੀਂ ਪਾਉਣੀ ਵੀਰੇ ਗੇਮ ਵੱਡੀ ਪਾਵਾਂਗੇ ਲਾਟਰੀ ਨਹੀਂ ਪਾਉਣੀ ਵੀਰੇ ਗੇਮ ਵੱਡੀ ਪਾਵਾਂਗੇ ਆਹ ਦੋਦੇ ਵਾਲਾ ਰੁਪਿੰਦਰ ਹੈ ਭਾਵੇਂ ਨੌਜਵਾਨਾਂ ਸੌਲੀ ਵਾਲੇ ਰਣਜੀਤ ਦੇ ਨਾਲ ਮੁਕਾਬਲਾ ਕਰਕੇ ਇੱਕ ਹੋਰ ਅੰਕ ਦਾ ਵਾਧਾ ਕਰ ਗਿਆ ਆਹ ਚਿੱਟੀ ਵਾਲਾ ਕਹਿੰਦੇ ਅੱਗ ਕੱਢਦਾ ਹੈ ਆਹ ਚਿੱਟੀ ਵਾਲਾ ਵੀ ਮੁੰਡਾ ਵੇਰਿਆ ਫਿਰਦਾ ਹੈ ਇਹ ਵੀ ਵੇਰ ਕੇ ਰੇਡਾਂ ਪਾਉਂਦਾ ਹੈ ਆਹ ਵੇਰ ਕੇ ਕਬੱਡੀਆਂ ਆ ਚਿੱਤਪਾਲ ਸਿੰਘ ਚਿੱਟੀ ਵਾਲਾ ਇਸ ਸਮੇਂ ਆਹ ਦੂਜੇ ਪਾਸੇ ਵੱਡੇ ਮੱਲ ਹੈ ਖੇਡ ਕਬੱਡੀ ਦੇ ਜਲਾਲਪੁਰੀਆ ਪਾਲਾ ਔਰ ਇੱਧਰ ਦੇਖਾਂਗੇ ਇੰਦਰਜੀਤ 5100 ਡਾਲਰ ਦਾ ਜੱਫਾ ਆਹ ਮਾਰਦੇ ਤਾੜੀਆਂ ਜੈਲਾ ਜੀ ਵਾਹ ਇੰਦਰਜੀਤ ਸਿਆ ਤਿੰਨ ਹੋ ਗਏ ਇਹ ਦੋਗਲੇ ਬੰਦੇ ਟੱਚ ਚ ਰੱਖਿਆ ਤਾਂ ਯਾਰ ਜੈਲਾ ਝੂਟਕੋਟ ਵੱਲੋਂ ਕਿ ਕੀ ਸੋਤੇ ਵੱਲੋਂ ਗੁਰਮੀਤ ਮਾਜਰੀ ਤੇ ਨਾਲ ਬੱਬੂ ਕਲੇਰਾ ਵੱਲੋਂ 5100 ਡਾਲਰ ਇੰਦਰਜੀਤ ਦੇ ਲਈ ਹੋਣਗੇ ਆਹ ਜੱਫਾ ਜੋ ਤਿੰਨ ਲੱਗ ਚੁੱਕੇ ਨੇ ਸੋ ਬਹੁਤ ਬਹੁਤ ਧੰਨਵਾਦ ਜੈਲਾ ਜੀ ਤੁਸੀਂ ਆਪੇ ਜਾ ਕੇ ਦਿਆਇਓ ਧੰਨਵਾਦ ਤੇ ਗੁਰਪ੍ਰੀਤ ਦੀ ਕਗਦਾ ਵਾਧਾ ਖੇਡਾਂ ਦੇ ਵਿੱਚ ਕਰਦਾ ਹੋਇਆ ਲਓ ਰੇਡ ਫੇਰ ਤਿਆਰ ਹੈ ਆਪ ਸਮਾਂ ਇਸ ਮੈਚ ਦਾ ਜੋ ਹੋ ਚੁੱਕਿਆ ਧੰਨਵਾਦ ਆ ਸਾਰੇ ਪ੍ਰਬੰਧਕ ਕਮੇਟੀ ਦਾ ਪੰਜਾਬ ਕੇਸਰੀ ਕਬੱਡੀ ਕਲੱਬ ਬੀਸੀ ਯੂਨਾਈਟਡ ਫੈਡਰੇਸ਼ਨ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅਜੇ ਵੀ ਫਿਰ ਤਾਂ ਸ਼ੇਰਗੜ੍ਹ ਚੀਮਾ ਵਾਲਾ ਤੇ ਇਕਬਾਲ ਗੱਲ ਬਲਿਆਰ ਸਿੰਘ ਜੀ ਵਾਸੀ ਜਸਪਾਲ ਦੋਲ ਉਹਨਾਂ ਨੇ ਵੀ ਐਲਾਨ ਕੀਤਾ ਵੀ $200 ਹਰ ਇੱਕ ਜੱਫੇ ਦਾ ਦਿੱਤਾ ਜਾਣਾ ਗੈਰੀ ਤੂਰ ਦਾ ਮੰਨੇ ਸੰਧੂ ਦਾ ਰਾਜੇ ਸੰਘੇ ਦਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਕਬਾਲ ਗਾਲਵ ਸਾਡਾ ਵੀਰ ਜਿਹੜੇ ਵੀਰ ਪੁਆਇੰਟ ਲਿਖ ਰਹੇ ਆ ਬੇਨਤੀ ਹੈ ਵੀ ਹਾਫ ਸਮੇਂ ਤੱਕ ਦੇ ਪੁਆਇੰਟ ਜ਼ਰੂਰ ਦੱਸ ਦਿਓ ਬਹੁਤ ਬਹੁਤ ਧੰਨਵਾਦ ਹੈ ਮੈਚ ਦਾ ਦੂਜਾ ਹਾਫ ਜਿਹੜਾ ਇਸ ਸਮੇਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਕਿਰਪਿਆ ਦਰਸ਼ਕ ਕੁਝ ਗਿਸ ਕਰ ਚੁੱਕੇ ਹੈ ਤੇ ਹੌਲੀ ਹੌਲੀ ਕਦਮ ਜਿਹੜੇ ਉਹ ਵਧਾਉਣੇ ਸ਼ੁਰੂ ਕੀਤੇ ਹੈ ਪਰ ਹਜੇ 30 ਮਿੰਟ ਹੈ ਜੇ ਮੈਂ ਗਲਤ ਨਾ ਹੋਵਾਂ ਵੀ ਅਫੀਸ਼ਲ ਜਾਣਦੇ ਹੋਣਗੇ ਜੋਤੀ ਜੀ 20 ਮਿੰਟ ਦਾ ਸਮਾਂ ਹੈ ਹਰਜੀਤ ਸਿੰਘ ਜੀ ਗਿੱਲ ਮਕਸੂਦੜਾ ਕੁਲਦੀਪ ਸਿੰਘ ਜੀ ਗਿੱਲ ਉਹਨਾਂ ਨੇ ਐਲਾਨ ਕਰ ਦਿੱਤਾ ਵੀ ਫਰਿਆਦ ਤੇ ਇੰਦਰਜੀਤ ਦਾ ਹਰ ਇੱਕ ਜੱਫਾ $100 ਦਾ ਹੋਵੇਗਾ
60 हजार सेकंड हजे बाकी है, जे मैं गलत ना होवां कैलकुलेट तुसीं आप कर लियो भी 60 तो भी ज्यादा हो जाए। जसवंत सिंह दी, बलवार सिंह दी बासी, जगतार सिंह दी पड्डा सिंह एक्सावेटिक तो साडे सरदार लखवीर सिंह दी मशहूर डॉक्टर दलजीत सिंह हाजिर महसूस हो रहा मैच फेवरेट प्लेयर केड़ा है जी दुल्ला सरकपुरी दुल्ला सरकपुरी वाह वाह जी वाह जी मलिक चार ने चारा दे देखदे भी प्रीत है समा बदल सकता है इतिहास सिरजे जा सकते हैं अज समय पर्वत अचीव किए जा सकते हैं। लो हुण देखदे भी अगली कबड्डी है मन्ना बालमा पिंड दा सियाटल रहिंदा जिथे बोइंग बनदे आ बड़ी डील होई है एयर इंडिया दी 700 बोइंग जिहड़े बन के जाणगे उड़ारियां भरनगे हवा दे विच और जिथे माइक्रोसॉफ्ट दी गल हुंदी है जिथे बिल गेट्स रहिंदा जिथे गल हुंदी इलेक्ट्रॉनिक प्रिंट मीडिया दी लो प्रत्येक कर दे गल बालना वाला मन्ना इस वेले बोलिया होया धावा मैनू ढिला होनी भी जट परे वाला ते नाल पिंडा जलाल भी देखदिया भी कलसिया वाला इंदरजीत उधर मन्ना संधू ते अवतार सिंह दी ढेसी खेड मैदान दे विच उधर सुख बराड़ पत्तो ते बलराज संघा इधर नौजवान शकरपुरिया साजी खेड मैदान दे विच कबड्डी पाउण दे लई वाधा होया के कम कर सिखदे आ फट्टे फुट्टे खिचदे आ जागदे आ नींदा हले कच्चियां बलराम कहंदा वी बड़े हिसाब नाल पानी पाउणा पैंदा तड़का गुन्नण लई आटा गुन्नण लई लगातार है कड़छी फेरनी पैंदी तड़का भुन्नण लई जे वध जे सेक तवे दा वध घट रड़ ही जांदी है लखे सिद्धवा छड़े बंदे दी रोटी कदे कदे ता सड़ ही जांदी है उधर आइस इधर स्लिपरी हो गई है ग्राउंड पिरतिया आइस है ब्लैक ते स्लिपरी बड़ी ड्राइवरां दी जान ते बड़ी पर आ खिडारी कहंदे फतेहाबादी कम्मू दा चंगा होया पट्ठा मान करदे ट्रंटो वाले करमजीत सुंदर होनी बलवंत सिंह होनी दलजीत सिंह दी सोता आउणी आ खिडारी दी खेड ते हरप्रीत होनी देखते गुरप्रीत बई गुरप्रीत दियां किवें लगियां ताड़ियां मार के दस्सो जरा लवी कौल अज कहिंदे गुरप्रीत ने टर्निंग पॉइंट वाले जफे ला के मैच पासा पलटिया
ਸੀਏ ਸੈਂਟਰ ਦੇ ਵਿੱਚ ਬੰਤ ਨਿੱਜਰ ਹੋਣੀ ਮਾਣ ਕਰਦੇ ਆ ਜਿੰਦਰ ਬੁੱਟਰ ਹੋਣੀ ਨਾਲ ਕਰਨਜੀਤ ਸੰਘੇੜੇ ਹੋਣੀ ਬਲਵੰਤ ਸੰਧੂ ਹੋਣੀ ਦਲਜੀਤ ਸਹੋਤੇ ਹੋਣਾ ਦੀ ਮੇਜਰ ਨੱਥ ਹੋਣਾ ਦੀ ਉਹ ਖੇਡ ਕਲੱਬ ਚਰਚਾ ਜਿਹਨਾਂ ਦੀ ਖੇਡ ਕਲੱਬ ਹੀ ਉਹ ਖੇਡਦਾ ਦੋਦੇ ਵਾਲਾ ਫਿਰ ਆ ਗਿਆ ਉਧਰ ਮੰਗੀ ਕਹਿੰਦਾ ਵੀ ਐਡੀ ਤੁਗਾ ਮਾਣ ਕਰਦਾ ਉਹ ਕਹਿੰਦੇ ਮਾਣ ਕਰਦਾ ਅੱਜ ਸਮੇਂ ਸੁੱਖਾ ਅੱਜ ਸਮੇਂ ਉਹ ਮੰਜਰ ਸਿੰਘ ਮੰਗੀ ਤੇ ਦੋਦੇ ਵਾਲਾ ਤੇ ਮੰਗੀ 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 ਤੇ ਦੋਦੇ ਵਾਲਾ ਵਾਹ 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 अगली कबड्डी फिर मैदान दे विच है एक एक कबड्डी मैदान दे विच लाओ अज समय फिर मैदान दे विच कबड्डी ते पॉइंट जेड़ा अज समय ए लाओ अज समय इस समय देखते भी साजी ने कबड्डी पाई है संगा सोचा दे विच है हजे समा हैगा है बाजी पलटूगी उधर देखते भी पत्तो वाला इस समय फिर देखते भी पई हुई कबड्डी जसवंत बासी थोड़ा दी बासी ब्रदर दी गल्ला हुंदी है पर इधर देखते भी आ प्रीत है ते जफा लग गया जफा लग गया जसवंत बासी उन्होंने बलिहार बासी उन्होंने का भी बासी ब्रदर का भी धन्यवाद है बलविंदर गिल उन्होंने का स्टीव दुले उन्होंने का सारे भरावां दा पड़ा साहब धन 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 धन्यवाद है धन्यवाद है धन्यवाद है जुड़िए मन्ने बालना वाले दी बीसी यूनाइटेड कबड्डी फेडरेशन अगला खेड मेला रिचमंड एवसफोर्ड कबड्डी क्लब का होना है इसे ग्राउंड दे विच होऊ गल्लां होणगीआं नौ नूं फिर इसे ग्राउंड दे विच रौनक लगूगी सरी सुपरस्टार कामाघाटा मारू दे खेड मेले दी साबी जे मैं गलत ना होवां कि 16 नूं फिर रोटरी स्टेडियम पुज्जियो फिर कहिंदे पुज्जू कबड्डी टोरंटो दे विच फिर जिहड़ी वर्ल्ड कप तक गल्लां होणगीआं ज्ञान सिंह जी ਭੱਜਿਓ ਅੱਜ ਲੱਗਦਾ ਕਿਲੋਮੀਟਰ ਚੰਗੇ ਚੰਗੇ ਪਰ ਹੁਣ ਦੇਖਦੇ ਆ ਮੰਗਰ ਸਿੰਘ ਮੰਗੀ ਤੇ ਦੂਸਰੇ ਪਾਸੇ ਗੁਰਪ੍ਰੀਤ ਟੱਕਰ ਸ਼ੇਰਾ ਦੀ ਤਾੜੀ ਵੱਜਦੀ ਹੈ ਉਧਰ ਹਰਜੀਤ ਸਿੰਘ ਦੀ ਸੁਣਨ ਤੇ ਗੁਰਦੀਪ ਸਿੱਧੂ ਰਿਲਾਇੰਸ ਕਿਚਨ ਕੈਬਨ ਦਾ ਵੀ ਵਿਸ਼ੇ ਤੌਰ ਤੇ ਧੰਨਵਾਦ ਹੈ ਲੈ ਫਿਰ ਤੇ ਕਰਦੀ ਗੱਲ ਇਧਰ ਅਗਲੀ ਰੇਡ ਚਿੱਤਪਾਲ ਚਿੱਟੀ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀਆਂ ਤਿਆਰ ਆ ਹੁਣ ਦੇਖਾਂਗੇ ਚਾਰਾਂ ਦੇ ਵਿੱਚੋਂ ਫਰਿਆਦ ਬੂਟਾ ਅੰਦਾਨੇ ਵਾਲਾ ਜਾਂ ਸਤੂ ਖਡੂਰ ਸਾਹਿਬ ਦਾ ਦੇਖੀਏ ਬੂਟਾ ਅੰਦਾਨੇ ਵਾਲਾ ਪਰ ਪੁਆਇੰਟ ਚਿੱਤਪਾਲ ਚਿੱਟੀ ਵਾਲਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਹਰਪ੍ਰੀਤ ਸਿਵੀਆ ਜਸਵੰਤ ਬਾਸੀ ਸਟੀਵ ਗਲੇਵੀ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਇਧਰ ਅਗਲੀ ਰੇਡ ਰੁਪਿੰਦਰ ਇਸ ਵੇਲੇ ਦੋਦੇ ਵਾਲਾ ਕਬੱਡੀ ਪਾਉਣ ਦੇ ਲਈ ਬੰਨਿਆ ਹੋਇਆ ਦੋਦੇ ਵਾਲੇ ਰੁਪਿੰਦਰ ਦੀ ਕਬੱਡੀ ਹੈ ਮੈਦਾਨ ਦੇ ਵਿੱਚ ਲਓ 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 ਪ੍ਰੀਤ ਆਓ ਨੱਚਦਾ ਟੱਪਦਾ ਤਾੜੀ ਵੱਜਦੀ ਹੈ ਨਾ ਤੇ ਐਨ ਕਹਿੰਦੇ ਐਕਸਰਸਾਈਜ਼ ਹੁੰਦੀ ਹੈ ਤਾੜੀ ਵੱਜਦੀ ਹੈ ਤੇ ਸਰੂਰ ਜਿਹਾ ਆ ਜਾਂਦਾ ਜਦ ਢੋਲ ਤੇ ਡਗਾ ਵੱਜਦਾ ਤੇ ਪੈਰ ਆਪ ਮਹਾਰੇ ਉੱਠ ਪੈਂਦਾ ਹੈ ਲਓ ਢੋਲ ਤੇ ਜਦ ਡਗਾ ਵੱਜਦਾ ਤੇ ਆਪ ਮਹਾਰੇ ਜਿਹੜਾ ਪੈਰ ਉੱਠ ਪੈਂਦਾ ਹੈ ਲਓ ਤ੍ਰਿਤਿਆਈ ਨੌਜਵਾਨ ਵਾਪਸ ਆ ਗਿਆ ਹੌਲੀ ਹੌਲੀ ਕਦਮ ਤੀਵਾਂ ਕਨੇਡਾ ਕਬੱਡੀ ਕੱਪ ਯੂਨਾਈਟਿਡ ਬ੍ਰੈਂਟਨ ਸਪੋਰਟਸ ਕਬੱਡੀ ਕਲੱਬ ਦਾ ਆਉਣਾ ਹੈ ਹੈਮਿਲਟਨ ਸ਼ਹਿਰ ਦੇ ਵਿੱਚ ਹੋਵੇਗਾ ਫਸਟ ਅੰਟਾਰੀਓ ਸੈਂਟਰ ਹੋਵੇਗਾ 6 ਟੀਮਾਂ ਪੁੱਜਣਗੀਆਂ ਪਾਕਿਸਤਾਨ ਦੀ ਟੀਮ 2016 ਤੋਂ ਬਾਅਦ ਜਿਵੇਂ ਆਖਾਂ ਵੀ ਪਹਿਲੀ ਵਾਰ ਫੁੱਲ ਪਲੇਜ ਜਿਹੜੀ ਪਾਕਿਸਤਾਨ ਦੀ ਟੀਮ ਇਸ ਕਬੱਡੀ ਕੱਪ ਦੇ ਵਿੱਚ ਖੇਡੇਗੀ ਯੂਨਾਈਟਿਡ ਬ੍ਰੈਂਟਨ ਸਪੋਰਟਸ ਕਬੱਡੀ ਕਲੱਬ ਆਪ ਸਭ ਨੂੰ ਸੱਦਾ ਦੇ ਰਹੀ ਹੈ ਇਸ ਕਬੱਡੀ ਕੱਪ ਦੇ ਲਈ ਉਧਰ ਕਬੱਡੀ ਫੈਡਰੇਸ਼ਨ ਆਫ ਅੰਟਾਰੀਓ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਮੁਬਾਰਕਬਾਦ ਭੇਜਦੀ ਹੈ ਅਕਤੂਬਰ ਮਹੀਨਾ ਬਹੁਤ ਦੂਰ ਜਾ ਕੇ ਆਉਣਾ ਹੈ ਫਿਰ ਜਾ ਕੇ ਕਬੱਡੀ ਦੀ ਜਿਹੜੀ ਗੱਲ ਉਧਰ ਇੰਗਲੈਂਡ ਦੇ ਵਿੱਚ ਵੀ ਕਬੱਡੀ ਦੀਆਂ ਗੱਲਾਂ ਪਰ ਇੱਧਰ ਅੱਜ ਕੈਨੇਡਾ ਦੇ ਵਿੱਚ ਵੀ ਕਬੱਡੀ ਦੀਆਂ ਗੱਲਾਂ USA ਦੇ ਵਿੱਚ ਵੀ ਉਧਰ ਗੁਰਪ੍ਰੀਤ ਖਹਿਰੇ ਉਹਨਾਂ ਦਾ ਸਵੈਗ ਟਰਾਂਸਪੋਰਟ ਦਾ ਵਿਸ਼ੇ ਤੌਰ ਤੇ ਧੰਨਵਾਦ ਕਾਲੇ ਬਾਈ ਹੁਣਾਂ ਦਾ ਧੰਨਵਾਦ ਉਹ ਚੱਲਿਆ ਉਧਰ ਕਾਰਜ ਬਿਰਕ ਹੈ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ ਰਾਜ ਅਗਲੀ ਕਬੱਡੀ ਚਿੱਤਪਾਲ ਚਿੱਟੀ ਵਾਲਾ ਫਿਰ ਖੇਡ ਮੈਦਾਨ ਦੇ ਵਿੱਚ ਫਾਈਨਲ ਖੇਡਿਆ ਜਾ ਰਿਹਾ ਲਾਈਵ ਕਬੱਡੀ .com ਲਾਈਵ ਸਪੋਰਟਸ ਤੇ ਪੂਰੀ ਦੁਨੀਆ ਆਨੰਦ ਮਾਣ ਰਹੀ ਆ ਵੀ ਇਸ ਵੇਲੇ ਨੌਜਵਾਨ ਧਾਵੀ ਪਰ ਵੇਖੀਏ ਕਲਸੀਆਂ ਵਾਲਾ ਇੰਦਰਜੀਤ ਕਬੱਡੀ ਨਾਲ ਜਿਹਦੀ ਗੂੜੀ ਹੈ ਪ੍ਰੀਤ ਨਾਜਰ ਸੋਤਾ ਜੀ ਭੱਜ ਨੌਜਵਾਨ ਉਧਰ ਕੁਲਵੰਤ ਜੀ
सुखा गिल साडा वीर ते हरविंदर सिंह जी विदेशा इलैक्ट्रिकल वालों का भी धन्यवाद है। सुनिया अज भंगड़े चेहरे की रौनक वाह कहते गला प्रीत दे नाल ओ जग्गे दे नाल टक्कर होगी। दो जग्गे है पॉइंट इस समय। अगली कबड्डी फिर मैदान दे विच पाउण दे लई ओ सब तो तेज टक्कर अज दी सब तो तेज टच अज दा मेरे वीरियो जे मैं गलत ना होवां ते सब तो तेज टच अज दा होवेगा। ए बाद दे विच नहीं ए वीडियो कट्टी जा चुकी होवेगी सोशल मीडिया ते ओ इस समय गल्लां होणगीआं वी सब तो तेज टच जिहड़ा इस समय लग्या है। लो ऐसा मोड़ा बिंदर ते राजे वीर दा वी धन्नवाद धूरकोटिए जैले दा दीप ढंडरीए दा गुरजीव नन्नड दा गगन सरसे होणा दा उधर गिल आस्ट्रेलिया वाले दा वी असीं धन्नवाद करदे आ। इधर देखदे आ वी मुक्तसर साहब दा एरिया उधर देखदे वी निहाल सिंह वाले दा एरिया $500 रुपिंदर दोदे वाले दी नाजर सिंह जी सोता कहिंदे एवें नहीं ट्रक दित्ता दुल्ले फ्रिजनो वाले नूं पर इधर नाजर सोता ते जैले धूरकोट वालियों $500 अज कहते हैं $1 कहते ने भी जिम्मे कहते ने भी लास्ट राउंड की गिणती चलती होंगी है अंदाजे लगने सरपंची की इलेक्शन वे बंदा बहाने जे कोड वर्ड रखे होंगे भी वाशरूम करने बहाने बाहर आवे इशारे ना समझा देना है भी कितने एक कहानी करी है तुम ढोल आए कह दौ भी ढोल से डगा लग जाए इधर भोले हुई भी इशारे ना समझा रहे हैं भी ढोल आए कह दौ भी डगा मार दौ समय कहानी नेड़ पुजती लगती है कहानी नेड़ पुजती लगती है ये इशारे किए जा चुके हैं इशारे हाँ जिमें मेले जाए ताजे पकौड़े निकलते ना बल्ली जी डालर $100 अज आए डिगदे अठा अठा डिगदे है जिमें दसंबर महीने च सोहने सरोहने चीका पवाइया ना बेंटर दे विच अज कबड्डी वाले ने चीका पवाती है कबड्डी वाले ने ऐन कहाड़ी सिरे लाती मेरे वीरियो लो कलू गल हो हरजीत गिल होना दे लोक साथ दे विच आपां गल्लां करनी है भी कहाड़ी कित्थे खड़ गई लो अज समय टॉप दे कबड्डी खिडारी बीसी यूनाइटेड कबड्डी फेडरेशन दे बैनर हेठ है पिंडी वाला मान खिडारी ਉਹਦੇ ਪਿੰਡ ਤੋਂ ਕਾਲੇ ਹੋਣਾ ਦਾ ਸਾਡੇ ਵੀਰ ਗੁਰਪ੍ਰੀਤ ਹੋਣਾ ਦਾ ਬਹੁਤ ਬਹੁਤ ਧੰਨਵਾਦ ਵਿਦਾਇਕ ਟਰਾਂਸਪੋਰਟ ਦਾ। ਇੱਧਰ ਫਾਈਨਲ ਮੈਚ ਚੋਟੀ ਦਾ ਦੋਨਾਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਇੱਕ ਸਾਈਡ ਤੇ ਟੀਮ ਹਰਪ੍ਰੀਤ ਸਿਵੀਏ ਹੋਣਾ ਦੀ ਖੇਡ ਕਲੱਬ ਆ ਜਸਵੰਤ ਸਿੰਘ ਦੀ ਬਾਸੀ ਸਟੀਵ ਗਲੇ ਸੁੱਖ ਭਦੌਰ ਦੀ ਉਹ ਕਹਿੰਦੇ ਏਅਰ ਕਟਿੰਗ 100% ਡਿਸਕਾਊਂਟ ਵਾਹ ਸਮਰਾ ਸਾਹਿਬ ਜੋਤੀ ਸਮਰਾ ਜੀ ਸੁਖਪਤੋ ਬਲਰਾਜ ਸੰਘਾ ਤਿਆਰੀ ਕਰ ਰਹੇ ਆ ਵੀ 6 ਦਿਨ ਗੈਰੀ ਜਿਹੜੀ ਸਰੀ ਤੇ ਗੈਰੀ ਵੀਰ ਉਹਨਾਂ ਦਾ ਵਿਸ਼ੇਸ਼ ਤੌਰ ਤੇ ਵਾਹ ਅੱਖਾਂ 'ਚ ਅੱਖ ਪਾਈ ਹੈ ਫਿਰ ਜਾ ਕੇ ਥੋੜਾ ਜਿਹਾ ਬੁੱਲਾ ਤੇ ਹਾਸਾ ਲਿਆਂਦਾ ਹੈ ਫਿਰ ਜਾ ਕੇ ਟੱਚ ਵੱਜਣਾ ਹੈ ਉਹ ਫਿਰ ਜਾ ਕੇ ਟੱਚ ਵੱਜਿਆ ਉਹ ਚੱਲਿਆ ਕਲਸੀਆਂ ਵਾਲੇ ਦੇ ਨਾਲ ਮੁਕਾਬਲਾ ਕਰਕੇ ਉਹ ਭੱਜ ਗਿਆ ਮੇਰੇ ਵੀਰਿਓ ਸਰਜੀਤ ਕਕਰਾਲੀ ਦਾ ਮੇਰਾ ਛੋਟਾ ਵੀਰ ਲੱਖਾ ਸਿੱਧਵਾ ਰਾਜੇ ਖੇਲੇ ਦਾ ਸਾਰੇ ਭਰਾਵਾਂ ਦਾ ਹੈਪੀ ਸਿੱਲ ਵਾਲੇ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਡੀਐਲ ਐਕਸਾਵੇਟਿੰਗ ਦਾ ਵੀ ਸਾਡੇ ਵੀਰ ਕਹਿੰਦੇ ਐਨ ਚੰਗਿਆਰੇ ਕੱਢਦੇ ਆ ਹਾਂਜੀ ਬਾਈ ਜੀ ਜਦੋਂ ਸੈੱਟ ਦੇ ਵਿੱਚ ਹੋਊ ਫਿਰ ਆਪਾਂ ਗੱਲ ਕਰਾਂਗੇ ਹੁਣ ਦੇਖਦਾ ਵੀ ਇੱਕ ਪਾਸੇ ਹੈ ਵੀ ਰਿਚਮੰਡ ਦੀ ਟੀਮ ਸੁਖ ਭਦੇਰ ਹੋਣਾ ਦਾ ਵੱਡਾ ਨਾਮ ਇਸ ਸਪੋਰਟਸ ਕਲੱਬ ਦੇ ਨਾਲ ਜੁੜਿਆ ਹੋਇਆ ਹੈ ਬਲਵਿੰਦਰ ਗੇਲਰ ਦਾ ਸਟੀਵ ਦੁਲੇ ਜਸਵੰਤ ਵਾਸੀ ਬਰਿਹਾਰ ਵਾਸੀ ਉਹਨਾਂ ਦੀ ਇਹ ਦੂਸਰੇ ਪਾਸੇ ਬਲਰਾਜ ਸੰਘਾ ਬੱਬਲ ਸੰਗਰੂਰ ਹੋਣੀ ਇਸ ਖੇਡ ਕਲੱਬ ਦੇ ਨਾਲ ਜੁੜੇ ਹੋਏ ਹੈ ਸੁਖਪਤ ਹੋੜਾ ਦੀ ਇਹ ਗੱਲ ਹੈ ਇੱਧਰ ਇਸ ਸਮੇਂ ਪਈ ਹੋਈ ਕਬੱਡੀ ਅੱਜ ਜਿਹੜੇ ਕਈਆਂ ਨੇ ਸ਼ਰਤਾਂ ਲੱਗੀਆਂ ਹੋਣਗੀਆਂ ਨਾ ਕਈਆਂ ਨੇ ਸ਼ਰਤਾਂ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਹੋਣੀਆਂ ਇਸ ਸਮੇਂ ਕਲਸੀਆ ਵਾਲਾ 2022 ਦੇ ਪਹਿਲੇ ਕਬੱਡੀ ਕੱਪ ਤੇ ਹੈਟ੍ਰਿਕ ਲਾਈ ਸੀ ਟੋਰਾਂਟੋ ਦੇ ਪਾਵਰ ਐਂਡ ਸੈਂਟਰ ਦੇ ਵਿੱਚ ਜਦ ਓਕੇਸੀ ਦੀ ਟੀਮ ਦੇ ਲਈ ਖੇਡਿਆ ਤੇ ਇਸ ਸਾਲ ਵੀ ਚਰਚੇ ਨੇ ਐਵੇਂ ਨਹੀਂ ਓਕੇਸੀ ਵਾਲੇ ਮਾਣ ਕਰਦੇ ਇਸ ਖਿਡਾਰੀ ਤੇ ਗੁਰਪ੍ਰੀਤ ਫਿਰ ਚੱਲਿਆ ਬੁਰਜ ਵਾਲਾ ਇਹ GTA ਨਹੀਂ ਖੇਡਦਾ ਗੁਰਪ੍ਰੀਤ ਨਹੀਂ ਖੇਡਦਾ ਗੁਰਜ ਹਰੀ ਸਿੰਘ ਵਾਲਾ ਖੇਡ ਮੈਦਾਨ ਦੇ ਵਿੱਚ ਇੱਕ ਕੰਨੀ ਤੇ ਮੰਗਲ ਸਿੰਘ ਮੰਗੀ ਆ ਪਰ ਨੌਜਵਾਨ ਕੌਣ ਆ
ਫਰੰਦੀਪੁਰੀ ਹੈ ਗੋਪੀ ਦਾ ਚੇਲਾ ਲੱਦੂ ਵਾਲਾ ਪ੍ਰੀਤ ਇਸ ਵੇਲੇ ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਗੁਰਪ੍ਰੀਤ ਦਾ ਉਧਰ ਅਵਤਾਰ ਸਿੰਘ ਜੀ ਢੋਸੀ ਮੰਨਾ ਸੰਧੂ ਕਪੂਰੇ ਖੇਡ ਮੈਦਾਨ ਦੇ ਵਿੱਚ ਹੈ ਉਧਰ ਪੱਤੋ ਵਾਲਾ ਸੁੱਖ ਬਰਾੜ ਤੇ ਬਲਰਾਜ ਸਿੰਘਾ ਬੱਬਰ ਸੰਗਰੂਰ ਤੇ ਸਾਡੇ ਵੀਰ ਹਰਪ੍ਰੀਤ ਸਿਵੀਆ ਹੁਣੀ ਸੱਦਾ ਦੇ ਰਹੇ ਆ 2 ਤਰੀਕ ਨੂੰ ਇਸੇ ਗਰਾਊਂਡ ਦੇ ਵਿੱਚ ਫਿਰ ਕਬੱਡੀ ਦੇ ਮੈਚ ਕਰਵਾਏ ਜਾਣਗੇ ਸਾਰੇ ਦਰਸ਼ਕ ਹੀਰਾ ਭੱਟ ਵੀ ਖੇਡੂ ਜੱਗੂ ਵੀ ਖੇਡੂ ਹਾਕਮ ਵਾਲੀਆ ਹੋਰ ਵੀ 8-10 ਹੋਰ ਪਲੇਅਰ ਪੁੱਜ ਜਾਣਗੇ ਵੱਖ ਵੱਖ ਟੀਮਾਂ ਦੇ ਵਿੱਚ ਤੁਸੀਂ ਵੀ ਟਾਈਮ ਨਾਲ ਪੁੱਜ ਜਿਓ ਹੋਰ ਬੈਲੈਂਸ ਹੋਣਗੀਆਂ ਹੋਰ ਖੰਡਾ ਖੜਕੂ ਹੋਰ ਜੱਫੇ ਲੱਗਣਗੇ ਹੋਰ ਕਬੱਡੀਆਂ ਪੈਣਗੀਆਂ ਤੇ ਉਹ ਚੱਲਿਆ ਦੋਦੇ ਵਾਲਾ ਉਹ ਚੱਲਿਆ ਮੇਰੇ ਵੀਰਿਓ ਪੰਜਾਬ ਕੇਸਰੀ ਦੀ ਟੀਮ ਹੈ ਮਨਦੀਪ ਜੱਟਪੁਰਾ ਸਾਡਾ ਵੀਰ ਹੈ ਉਧਰ ਰਾਜੇ ਸੰਘੇ ਉਹਨਾਂ ਦਾ ਮੰਨੇ ਸੰਧੂ ਕਪੂਰੇ ਵਾਲਿਆਂ ਦਾ ਵੀ ਵੱਡਾ ਇਹਦਾ ਰਾਜੂ ਫਰੀਕੇ ਵਾਲਾ ਅੱਜ ਸਮੇਂ ਮਨਜੀਤ ਸਿੰਘ ਢੀਂਸਾ ਕਹਿੰਦੇ ਸੰਘੇੜਾ ਤੇ ਮਹੇਸ਼ਿੰਦਰ ਮੰਗਤ ਉਹਨਾਂ ਦਾ ਧੰਨਵਾਦ ਉਧਰ ਰਿਲਾਇੰਸ ਕਿਚਨ ਕੈਬਨਿਟ ਤੋਂ ਗੁਰਦੀਪ ਸਿੱਧੂ ਹੋਣੀ ਹਰਜੀਤ ਸਿੰਘ ਦੀ ਸੁੰਦਰ ਉਹਨਾਂ ਦਾ ਧੰਨਵਾਦ ਚਿੱਤਪਾਲ ਚਿੱਟੀ ਵਾਲਾ ਇੱਕ ਹੋਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ KTL ਟਰਾਂਸਪੋਰਟ ਦੇ ਜੇ ਹੁੰਦੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਪਰਮ ਸਿੱਧੂ ਵੱਲੋਂ ਗੁਰਪ੍ਰੀਤ ਗੁਰਜ ਦੇ ਲਈ $100 ਆਇਆ ਪਰ ਇਧਰ ਕੌਣ ਜੱਗਾ ਮਾਰੂ ਕੇ ਗਿੱਲ ਵਾਲਾ ਲਾ ਤਕੜਾ ਜੱਫਾ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਤੇ ਜੋੜਦਾ ਹੋਇਆ ਮਨੀ ਕੂਨਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮਨਜੀਤ ਢੀਂਸਾ ਕਹਿੰਦਾ ਵੀ ਦੋਦੇ ਪਿੰਡ ਦਾ ਘੋੜਾ ਵੀ ਪੁੱਜ ਜੂ ਅਗਲੇ ਮੇਲੇ ਤੱਕ ਹੋਰ ਵੀ ਖਿਡਾਰੀ ਪੁੱਜਦੇ ਜਾਣਗੇ ਖੇਡ ਕਬੱਡੀ ਪਿਰਪਿਆ ਸਖਤ ਹੁੰਦੀ ਜਾਣੀ ਹੈ ਟੀਮਾਂ ਹੈਨ ਕਹਿੰਦੇ ਸਿਰੇ ਦੀਆਂ ਤੇ ਇੱਧਰ ਜੈਲਾ ਵੀ ਕੂਣੀ ਮਾਰਦਾ ਵੀ ਜਿਹੜੇ ਲਾਸਟ ਵਾਲੇ ਆ ਨਾ ਇਹ ਕਹਿੰਦੇ ਵੀ ਇਹ ਵੀ ਵਾਂਡੀ ਜਾਣੇ ਅੱਜ ਇੱਧਰ ਪੁਆਇੰਟ ਵੱਖਰੀ ਹੈ ਨੌਜਵਾਨ ਧਾਵੀ ਦਾ ਕਾਲੇ ਸੰਘਿਆਂ ਵਾਲੇ ਜਵਾਰੇ ਦਾ ਧੰਨਵਾਦ ਸ਼ੀਸ਼ਾ ਦੇਖਦਾ ਵੀ ਨੌਜਵਾਨ ਗੁਰਪ੍ਰੀਤ ਬੁਰਦ ਹਰੀ ਸਿੰਘ ਵਾਲਾ ਫਿਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ 4 ਜਾਫੀ ਤਿਆਰ ਆ ਖੁਸ਼ੀ ਮੰਗੀ ਨੌਜਵਾਨ ਮਾਣੂ ਕੇ ਗਿੱਲ ਵਾਲਾ ਜੱਗੇ ਨੇ ਕਹਿੰਦੇ ਗੁਰਪ੍ਰੀਤ ਨੂੰ ਐਨ ਲਾ ਤਕੜਾ ਜੱਫਾ ਬਲਜੀਤ ਸਿੰਘ ਦੀ ਰਤਨਗੜ੍ਹ ਨੇ ਇਸ਼ਾਰਾ ਕਰ ਦਿੱਤਾ ਵੀ ਪੁਆਇੰਟ ਜਾਫੀ ਦਾ ਮੈਚ ਸਮਾਪਤ ਇੱਕ ਵਾਰ ਤਾੜੀ ਮਾਰ ਦਿਓ ਕਿਸੇ ਵੀਰ ਦੀ ਆਨ ਅਤੇ ਸ਼ਾਨ ਦੇ ਖਿਲਾਫ ਕੋਈ ਗਲਤ ਲਫ਼ਜ਼ ਬੋਲਿਆ ਗਿਆ ਹੋਵੇ ਤਾਂ ਹੱਥ ਜੋੜ ਕੇ ਅਸੀਂ ਸਾਰੇ ਕਮੈਂਟੇਟਰ ਮਾਫ਼ੀ ਮੰਗਦੇ ਹਾਂ ਹੁਣ ਪੁਆਇੰਟ ਜਿਹੜੇ ਬੋਲਾਂਗੇ ਬੈਸਟ ਟ੍ਰੇਡਰ ਤੇ ਬੈਸਟ ਜਾਫੀ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਜਵਾਰ ਜਗਤਾਰ ਸਿੰਘ ਜੀ ਪੱਡਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਵੀਰ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਦਾ ਆਨੰਦ ਮਾਣਨ ਦੇ ਲਈ ਆਏ ਆ ਸਰਦਾਰ ਸਿੰਘ ਦੀ ਚਾਲ ਫੋਟੋ ਯਾਦਗਾਰੀ ਬਣਨਗੀਆਂ ਜਗਤਾਰ ਧਨੌਲੇ ਦਾ ਵੀਰ ਜਿੱਥੇ ਵੀ ਆਵਾਜ਼ ਆਉਂਦਾ ਵੇ ਉਹ ਖੜੇ ਆ ਜੀ ਸਰਦੀਪ ਸਿੰਘ ਦੀ ਕਕਰਾਲੀ ਦੇ ਨਾਲ ਸੰਪਰਕ ਕਰ ਲੈਣ ਬਹੁਤ ਬਹੁਤ ਧੰਨਵਾਦ ਇਸ ਪੰਜਾਬ ਕੇਸਰੀ ਕਬੱਡੀ ਕਲੱਬ ਦੇ ਪੁਆਇੰਟ ਰਹੇ ਨੇ 45 ਰਿਚਮੰਡ ਐਵ ਸਪੋਰਟ ਕਬੱਡੀ ਕਲੱਬ ਦੀ ਟੀਮ ਦੇ ਪੁਆਇੰਟ ਰਹੇ ਨੇ 33 45 ਤੇ 33 ਨੰਬਰਾਂ ਦੇ ਨਾਲ ਅੱਜ ਦੇ ਇਸ ਕਬੱਡੀ ਕੱਪ ਦੀ ਮੇਜ਼ਬਾਨ ਟੀਮ ਜਿਹੜੀ ਪੰਜਾਬ ਕੇਸਰੀ ਦੀ ਟੀਮ ਵਿਨਰ ਹੋ ਕੇ ਇਸ ਖੇਡ ਮੇਲੇ ਦੀ ਚੈਂਪੀਅਨ ਬਣੀ ਹੈ ਵਿਨਰ ਹੋ ਕੇ ਜਿਹੜੀ ਇਸ ਖੇਡੇ ਵੇਲੇ ਦੀ ਚੈਂਪੀਅਨ ਬਣੀ ਹੈ ਖੜ ਸਾਹਿਬ ਦੱਸਿਓ ਜਰਾ 14 ਕਬੱਡੀਆ 13 ਨੰਬਰ ਗੁਰਪ੍ਰੀਤ ਬੁਰਜ ਹਰੀ ਵਾਲਾ ਅੱਜ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਰਿਹਾ ਇੰਦਰਜੀਤ ਕਲਸੀਆ 15 ਟੱਚ 4 ਜੱਫੇ ਕਲਸੀਆ ਵਾਲਾ ਇੰਦਰਜੀਤ ਸੱਤੂ ਫਰਿਆਦ ਤੇ ਇੰਦਰਜੀਤ ਪੂਰੀ ਟੀਮ ਚੈਂਪੀਅਨ ਰਹੀ ਹੈ ਪੂਰੀ ਟੀਮ ਜਿਹੜੀ ਬੈਸਟ ਰਹੀ ਹੈ ਗੁਰਪ੍ਰੀਤ ਰਾਜਾ ਟੀਮ ਹੀ ਬੈਸਟ ਰਹੀ ਹੈ ਆਲ ਟੀਮ ਇਜ਼ ਦਾ ਬੈਸਟ ਮੰਨਿਆ ਟੀਮ ਚੈਂਪੀਅਨ ਤੇ ਟੀਮ ਹੀ ਬੈਸਟ ਹੈ ਧੰਨਵਾਦ ਹੈ ਪਰ ਬਹੁਤ ਬਹੁਤ ਧੰਨਵਾਦ ਹੈ ਜਸਵੰਤ ਖੜਗੋੜੀ ਕਹਿੰਦੇ ਵੀ ਰਾਜਾ ਟੀਮ ਬੈਸਟ ਹੈ ਰੂਲ ਵਾਇਲਾ ਵਾਲੇ ਖੜੇ ਪਤਾ ਤਾਂ ਵੀ ਰੂਲ ਹਾਂਜੀ ਦੱਸਦੇ ਆ ਵੀ ਰਾਜਾ ਕਹਿੰਦਾ ਵੀ
ਜੋ बहुत बहुत धन्यवाद सारी संगत का। अगला वीकेंड इसे तरह इसे ग्राउंड के फिर रौनक लगेगी। रिचमंड एम स्पोर्ट कबड्डी क्लब का खेड मेला। मैं इकबाल गालब ताडे तो माफ़ी चाहते हैं जो कोई शब्द वध घट बोलिया गया हो। वीक वीक एक चर्चा चलनी है बॉबी जी रेडियो के उत्ते, फिर टाक शो हो गए तो या फिर जब ट्रकों के चार यार वेली रल के एन थ्री वे गल करे ना तो एन गल्ला हो गया। धन्यवाद ताडा, फिर मिलेंगे अगले वीकेंड इसे कबड्डी ग्राउंड के। वाहिगुरु जी का खालसा, वाहिगुरु जी की फतेह। इंद्रजीत कलसिया 15 टच, चार जफे जसवंत जी, बेस्ट गुरप्रीत गुरहरी सिंह, बेस्ट धावी, ऑल टीम इज अ वेरी बेस्ट रही है, चैंपियन रही है पंजाब केसरी। सारिया टीमों बधाई दी हकदार है, वधिया खेड का प्रदर्शन किया, रूल रेगुलेशन फॉलो किए। वाहिगुरु जी का खालसा, वाहिगुरु जी की फतेह। दोस्तों अज के दिन का जो टूरनामेंट है उन्होंने पंजाब केसरी की टीम ने जितया, और पूरे दिन का जो मैं हीरो कहूँगा भावें सैमीफाइनल का मैच जो सब तो टफ इस टूरनामेंट का मैच रहा वह हीरो कहना, चाहे फाइनल का हीरो कहना गुरप्रीत गुरजहरी जिन्हों बहुतात लोग गुरु गुरजहरी कहते हैं। गुरप्रीत पहला तो लाइव कबड्डी आने का बहुत बहुत धन्यवाद। थैंक यू जिन्हें भी लाइव कबड्डी देखने वाले सारे अच्छा चिर बाद गुरु देखा गुरजहरी वाला जोड़ा पंजाब के टूरनामेंटा की शान हों ये पिछले किन्नी क मेहनत की है शरीर दस रहा भी छांटिया तो बहुत है मेहनत तो पता ही करनी पैंती है राइट, बाकी मेहनत जिनी भी हो जाए उन्नी घट आ रही, बाकी हम पता सट्टा सुट्टा बहुत मेहनत सारी सट्टा नहीं घेरिया जाए तो राइट जो भी खेडना हर अच्छा फिर भी वधिया रहा पर कोई सट्ट नहीं बजी राइट, बाकी जो मेहनत कर रहे मेहनत का फल अपने मिल गया। अच्छा जो तुम काफ़ी टाइम तो पंजाब नहीं खेल रहे जेड़े प्लेयर्स ना तुसी खेल रहे हो लगातार खेल रहे सी और उदो जेड़ा माइंड सैट आ वह की रहा ज्यादातर तुम पता ही है मैं अपने संदीप नाल पिंड वार खेडे राइट स्टार्टिंग भी संदीप नाल ही की आ बाकी हुण तक संदीप नहीं रहे जिन्ने भी रहे राइट तो बाकी जो सोलह पहली बार सट्ट लग गई फिर मैं उत्थे हौली हौली पिंड वार घटा दी राइट फिर ज्यादा फिर इधर ही सीगा साइड ही खेडी जाए। जो तुसी पंजाब लगातार खेडते सी
ਉਦੋਂ ਕਬੱਡੀ ਖੇਡਣੀ ਜਾਂ ਇੱਥੇ ਗੈਪ ਦੇ ਕੇ ਕਬੱਡੀ ਖੇਡਣੀ, ਇਹਦੇ 'ਚ ਕਿੰਨਾ ਕੁ ਫਰਕ ਤੁਸੀਂ ਦੇਖਦੇ ਹੋ? ਜਦੋਂ ਆਪਾਂ ਇੰਡੀਆ ਵੀ ਜਾਂਦੇ ਹਾਂ ਪੰਜਾਬ 'ਚ ਖੇਡਦੇ ਹਾਂ, ਤੁਹਾਨੂੰ ਪਤਾ ਐਵਰੀ ਡੇ ਮੈਚ ਖੇਡਦੇ ਸੀ, ਬੋਡੀ ਪੂਰੀ ਫਿੱਟ ਰਹਿੰਦੀ ਸੈਨ, ਕਿਉਂਕਿ ਆਉਣ ਸਰ ਚਾਹੇ ਉੱਧਰੋਂ ਚੜੋ ਇੱਧਰ ਆਉਣ ਸਰ ਖੇਡ ਲਓ, ਪਰ ਜਦੋਂ ਹੁਣ ਨਹੀਂ ਖੇਡਦੇ ਆਪਾਂ ਕੰਮ ਕਰਦੇ ਹਾਂ ਫਿਰ ਫਿੱਟ ਹੋਣ ਨੂੰ ਟਾਈਮ ਲੱਗਦਾ ਬਹੁਤ ਜ਼ਿਆਦਾ, ਮਿਹਨਤ ਬਹੁਤ ਕਰਨੀ ਪੈਂਦੀ ਰਾਈਟ, ਕੰਮ ਵੀ ਛੱਡਣਾ ਪੈਂਦਾ, ਸਾਰਾ ਕੁਛ ਕਰਨਾ ਪੈਂਦਾ, ਪਰ ਮਿਹਨਤ ਜੇ ਕਰਦੇ ਫੁੱਲ ਤਾਂ ਆਖਿਰਕਾਰ ਪਰਮਾਤਮਾ ਵੀ ਆ ਦੇਖਦਾ ਰਾਈਟ ਵੀ ਬੰਦਾ ਮਿਹਨਤ ਕਰਦਾ, ਚੱਲ ਵਧੀਆ ਬਾਅਦ 'ਚੋਂ ਫਿਰ ਪਰਮਾਤਮਾ ਫਲ ਵੀ ਦਿੰਦਾ। ਟਫ ਮੈਚ ਸੀ ਸੈਮੀ ਫਾਈਨਲ ਦਾ ਔਰ ਸਾਰਾ ਮੈਚ ਤੁਹਾਡੇ 'ਤੇ ਰਿਹਾ, ਉਦੋਂ ਕਿਵੇਂ ਦੀ ਮਨ 'ਤੇ ਚੀਜ਼ ਚੱਲਦੀ ਸੀ? ਜੋ ਪਹਿਲਾਂ ਸੀਗਾ ਵੀ ਸੈਮੀ ਫਾਈਨਲ ਪੈ ਗਿਆ, ਵਧੀਆ ਟੀਮ ਆ ਗਈ, ਸਾਨੂੰ ਪਤਾ ਸਾਰਿਆਂ ਨੂੰ ਵੀ, ਔਰ ਜਿੰਨੇ ਵੀ ਸਾਰੇ ਸਟਾਰ ਇਸ ਵਕਤ ਕੈਲਗਰੀ 'ਚ ਖੇਡਦੇ ਆ, ਪ੍ਰੈਸ਼ਰ ਸੀ ਫੁੱਲ, ਬਾਕੀ ਪਰਮਾਤਮਾ ਮੇਰੇ ਸੀ ਅੱਜ। ਅੱਛਾ, ਖੁਸ਼ ਹੋ ਪੂਰੇ ਬਟ ਟਾਈਮ ਬਾਅਦ ਖੇਡੋ, ਇੰਨੀ ਟੌਪ ਦੀ ਕਰੀਮ ਦੇ ਵਿੱਚੋਂ ਬੈਸਟ ਰਹੇ ਹੋ, ਭਾਵੇਂ ਤੁਸੀਂ 100 ਦੀ ਤਕਰੀਬਨ ਮੋਟਰਸਾਈਕਲ ਜਿੱਤੇ ਹੋ, ਪਰ ਅੱਜ ਦੀ ਖੁਸ਼ੀ ਕਿੰਨੀ ਹੈ? ਅੱਜ ਦੀ ਖੁਸ਼ੀ ਪੂਰੀ ਆ ਜੀ, ਕਿਉਂਕਿ ਇੱਕ ਸੁਪਨਾ ਹੀ ਹੁੰਦਾ ਆਪਾਂ, ਕਿਉਂਕਿ ਬਹੁਤ ਲੌਂਗ ਟਾਈਮ ਹੋਇਆ ਖੇਡਦੇ ਹੋ ਰਾਈਟ, ਹਾਂਜੀ, ਅਤੇ ਇੱਕ ਕਹਾ ਪਿੰਡ ਦੀ ਗਰਾਉਂਡਾ ਸਮਝ ਲਿਆ ਕਿ ਆਪਾਂ ਰਹਿੰਦੇ ਵੀ ਇੱਥੇ ਰਾਈਟ, ਇੱਕ ਪ੍ਰੈਸ਼ਰ ਵੀ ਸੀਗਾ ਅਤੇ ਵੀ ਖੇਡਣਾ ਅੱਜ ਰਾਈਟ, ਇੱਕ ਘਰ ਦਾ ਕੱਪ ਵੀ ਸੀਗਾ, ਬਾਕੀ ਚਲੋ ਜ਼ੋਰ ਮਾਰਿਆ ਸਾਰੇ ਪਲੇਅਰਾਂ ਨੇ ਮਾਰਿਆ, ਮੈਂ ਇਕੱਲੇ ਨੇ ਨਹੀਂ ਮਾਰਿਆ, ਸਾਰੀ ਟੀਮ ਵਰਕ ਕੀਤਾ ਵਧੀਆ, ਚਲੋ ਆਪਾਂ ਕੱਪ ਦੇ ਤੀਜੇ। ਕੀਰਤ ਜੀ, ਵੀ ਤੁਸੀਂ ਅੱਜ ਦਾ ਮੇਲਾ ਲੁੱਟ ਲਿਆ। ਲੁੱਟਿਆ ਤਾਂ ਪਰਮਾਤ ਨੇ ਲੁਟਾਇਆ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਖੜੀ ਛੱਤ ਬੜੀ ਬਣੀ।